ਸਵਾਗਤ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੇਸ਼ ਸਿੰਘ ਜੀ ਜੀ ਆ ਹਮੇਸ਼ ਸਿੰਘ ਜੀ ਸ਼ੁਕਰੀਆ ਜੀ ਕੁਝ ਉਪਰੋਥਲੀ ਵਾਪਰੀਆਂ ਘਟਨਾਵਾਂ ਨਾਲ ਤੁਹਾਡੀ ਸਾਂਝ ਪਾਉਨੇ ਆ ਥੋੜੀ ਦਰ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲੋਕਾਂ ਨੂੰ ਸੰਬੋਧਿਤ ਹੋ ਰਹੇ ਸੀਗੇ ਔਰ ਤੁਸੀਂ ਸੁਣ ਵੀ ਲਿਆ ਹੋਊਗਾ ਉਹਦੇ ਅਰਥ ਕੱਢਣ ਦਾ ਯਤਨ ਕਰਦੇ ਆ ਉਹ ਇਸੇ ਵਰਤਾਰੇ ਨੂੰ ਐਡਰੈਸ ਕਰ ਰਹੇ ਸੀਗੇ ਔਰ ਇਸੇ ਦੌਰਾਨ ਕਿਉਂਕਿ ਸਰਕਾਰ ਬੜੀ ਸਰਗਰਮ ਹੋਈ ਹੈ ਇਸੇ ਦੌਰਾਨ ਆਈਜੀ ਜਸਕਰਨ ਸਿੰਘ ਜਿਹੜੇ ਅੱਜਕੱਲ ਇੰਟੈਲੀਜੈਂਸ ਵੀ ਵੇਖਦੇ ਆ ਉਹ ਸ਼੍ਰੀ ਕਾਲ ਤਖਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਬਾਹਰ ਨਿਕਲਦੇ 27 ਤਰੀਕ ਨੂੰ ਸਿੰਘ ਸਾਹਿਬ ਨੇ ਪੰਜਾਬ ਦੀਆਂ ਹਤਾਈਸ਼ੀ ਤਰ੍ਹਾਂ ਦੀ ਮੀਟਿੰਗ ਸੱਦੀ ਹੋਈ ਹੈ ਖਾਸ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਇਸ ਮੀਟਿੰਗ ਨੂੰ ਲੈ ਕੇ ਕਾਫੀ ਚਰਚਾ ਹੈ ਸੋ ਸਰਕਾਰ ਅਗਾਊਂ ਪ੍ਰਬੰਧਾ ਦੇ ਨਜ਼ਰੀਏ ਤੋਂ ਕੰਸੋਲੈਂਡ ਇਹ ਪਹਿਲੂ ਆ ਇਜਾ ਮਾਮਲਾ ਖੰਨੇ ਦੇ ਐਸਐਸਪੀ ਅਮਰਤਪਾਲ ਦੇ ਮਾਮਲੇ ਚ ਕੁਝ ਨਵੇਂ ਖੁਲਾਸੇ ਕਰ ਰਿਹਾ ਇਹ ਖੁਲਾਸੇ ਕਿਸ ਦਿਸ਼ਾ ਚ ਜਾ ਰਹੇ ਆ ਇਹ ਬੜਾ ਧਿਆਨ ਮੰਗਦਾ ਵਿਸ਼ਾ ਹੈ ਦੇਸ਼ ਖਿਲਾਫ ਜੰਗ ਛੇੜਨ ਵਰਗੀ ਸਥਿਤੀ ਬਿਆਨ ਨਹੀਂ ਜਾ ਰਹੀ ਆ ਔਰ ਇਸੇ ਤਰ੍ਹਾਂ ਉੱਤਰਾਖੰਡ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਇੱਕ ਅਨਾਉਂਸਮੈਂਟ ਸੁਣੀ ਜਾਂਦੀ ਆ ਜਿਸ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਅਪਰਾਧੀਆਂ ਵਜੋਂ ਅਮਰਤਪਾਲ ਤੇ ਉਹਦੇ 4-5 ਸਾਥੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਸਥਿਤੀ ਕਾਫੀ ਗੰਭੀਰ ਬਣੀ ਹੋਈ ਆ ਇਹਨਾਂ ਸਾਰੀਆਂ ਚੀਜ਼ਾਂ ਨਾਲ ਤੁਹਾਡੀ ਸਾਂਝ ਪਾਉਂਦੇ। ਲੇਕਿਨ ਸਰਕਾਰ ਔਰ ਪੰਜਾਬ ਪੁਲਿਸ ਸਥਿਤੀ ਦੀ ਗੰਭੀਰਤਾ ਨੂੰ ਇਸ ਨਜ਼ਰੀਏ ਤੋਂ ਵੀ ਸਮਝੇ ਕਿ ਕੁਝ ਪੱਤਰਕਾਰ ਸ਼ਿਕਾਇਤ ਕਰ ਰਹੇ ਆ। ਕੁਝ ਸੋਸ਼ਲ ਮੀਡੀਆ ਤੇ ਚੱਲਣ ਵਾਲੀ ਨਿਊਜ਼ ਔਰਟਲ ਜਿਹੜੇ ਆ ਉਹਨਾਂ ਦੇ ਲੋਕ ਸ਼ਿਕਾਇਤ ਕਰ ਰਹੇ ਆ ਕਿ ਸਾਨੂੰ ਤੰਗ ਕੀਤਾ ਜਾ ਰਿਹਾ। ਔਰ ਇਹ ਦੇ ਇਹਦੇ ਨਾਲ ਵੀ ਤੁਹਾਡੀ ਸਾਂਝ ਪਾਉਂਦੇ ਆ ਕਿ ਉਹ ਕੌਣ-ਕੌਣ ਲੋਕ ਹੈ ਜਿਨ੍ਹਾਂ ਨੇ ਇਹ ਸ਼ਿਕਾਇਤ ਦਿੱਤੀ ਹੈ ਕਿ ਇਸ ਤਰ੍ਹਾਂ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ। ਅਗਲੀ ਖਬਰ ਵੀ ਪੰਜਾਬ ਨਾਲ ਜੁੜਦੀ ਹੈ ਸੁਖਪਾਲ ਸਿੰਘ ਖਹਿਰਾ ਬਾਬੇ ਬਕਾਲੇ ਦੇ ਇੱਕ ਸਕੂਲ ਚ ਚਲੇ ਜਾਂਦੇ ਜਿੱਥੇ ਉਹ ਬਟਾਲੇ ਦੇ ਐਮ ਐਲ ਏ ਸ਼ੈਰੀ ਕਲਸੀ ਸੰਬੰਧੀ ਇੱਕ ਵੱਡਾ ਖੁਲਾਸਾ ਕਰਦੇ ਆ ਕਿ ਸ਼ੈਰੀ ਕਲਸੀ ਦੀ ਜਗਾ ਪਲੱਸ 2 ਦਾ ਪੇਪਰ ਕੋਈ ਹੋਰ ਦੇ ਰਿਹਾ ਇੱਥੇ ਸਰਕਾਰ ਨੇ ਅਜੇ ਆਖਰੀ ਹਰਫ ਕਹਿਣਾ ਦੋ ਹੋਰ ਵੱਟੀਆਂ ਖਬਰਾਂ ਜਿਤੇ ਨਾਲ ਤੁਰੇ ਬਿਨਾ ਗਾਂ ਲੰਘ ਨਹੀਂ ਹੋਣਾ ਰਾਹੁਲ ਗਾਂਧੀ ਡਿਸਕਵালিਫਾਈ ਕਰਤੇ ਜਾਂਦੇ ਆ ਦੇਸ਼ ਦੀ ਵਿਰੋਧੀ ਪਾਰਟੀ ਦੇ ਸਭ ਤੋਂ ਵੱਡੇ ਆਗੂ ਡਿਸਕਵালিਫਾਈ ਕਰਤੇ ਜਾਂਦੇ ਆ ਇਹ ਬਹੁਤ ਅਹਿਮ ਇਸ ਵੇਲੇ ਡਵੈਲਪਮੈਂਟ ਆ ਪਰ ਇਸ ਵੇਲੇ ਹੀ ਜਦੋਂ ਉਹ ਡਿਸਕਵালিਫਿਕੇਸ਼ਨ ਹੁੰਦੀ ਹੈ 14 ਪਾਰਟੀਆਂ ਇਕੱਠੀਆਂ ਹੋ ਕੇ ਦੇਸ਼ ਦੀਆਂ ਏਜੰਸੀਆਂ ਦਾ ਵਿਰੋਧੀ ਪਾਰਟੀਆਂ ਖਿਲਾਫ ਜਿਸ ਤਰ੍ਹਾਂ ਦਾ ਵਿਹਾਰ ਆ ਉਹਦੇ ਖਿਲਾਫ ਸੁਪਰੀਮ ਕੋਰਟ ਚ ਚਲੀਆਂ ਜਾਂਦੀਆਂ ਨੇ ਇੰਨੀਆਂ ਵੱਡੀਆਂ ਖਬਰਾਂ ਦੇ ਚੱਲਦੇ ਆ ਅਸੀਂ ਸਭ ਤੋਂ ਪਹਿਲਾਂ ਪੰਜਾਬ ਨਾਲ ਜੁੜਦੇ ਆ ਸਰਦਾਰ ਹਮੇਸ਼ ਸਿੰਘ ਜੀ ਭਗਵੰਤ ਮਾਨ ਆਮ ਰੁਟੀਨ ਵਾਂਗ ਜਦੋਂ ਕਰੋਨਾ ਚ ਕੈਪਟਨ ਅਮਰਿੰਦਰ ਸਿੰਘ ਕੈਮਰੇ ਅੱਗੇ ਬਹਿ ਜਾਂਦੇ ਹੁੰਦੇ ਸੀ ਦਿਨ ਚ ਦੋ ਵਾਰੀ ਵੀ ਬਹਿ ਜਾਂਦੇ ਸੀ ਭਗਵੰਤ ਮਾਨ ਜੀ ਤੋਂ ਨਾਜ਼ੁਕ ਸਥਿਤੀ ਦੇ ਵਿੱਚ ਸਟੇਟ ਹੈ ਤੇ ਉਦੋਂ ਉਹ ਕੈਮਰੇ ਮੂਰੇ ਆ ਕੇ ਆਪਣੇ ਲੋਕਾਂ ਨੂੰ ਐਡਰੈਸ ਕਰਦੇ ਆ ਲਬੋ ਲਬਾਬ ਕਿਸ ਦਿਸ਼ਾ ਚ ਹੈ ਕੀ ਕਹਿਣਾ ਚਾਹੁੰਦੇ ਆ ਉਹਦੇ ਅਰਥ ਕੀ ਲਏ ਜਾਗੇ ਅਸਲ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਜਿਹੜਾ ਕਿਹਾ ਹੈ ਤੀਜੀ ਵਾਰ ਕਿਹਾ ਇੱਕ ਵਾਰ ਪਹਿਲਾਂ ਆਇਆ ਸੀ ਫਿਰ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਤੇ ਹੁਣ ਤੀਸਰੀ ਵਾਰ ਲਗਭਗ ਦੁਹਰਾਓ ਹੈ ਦੁਹਰਾਓ ਕੀਤਾ ਉਹਨਾਂ ਨੇ ਕੇਵਲ ਇਹੀ ਕਿਹਾ ਕਿ ਮੈਂ ਪੰਜਾਬ ਦੇ ਲਾ ਐਂਡ ਆਰਡਰ ਦੀ ਅਸੀਂ ਸਰਕਾਰ ਪਣਾਉਣੇ ਵੀ ਜਾਣਦੇ ਆ ਸਰਕਾਰ ਚਲਾਉਣੇ ਵੀ ਜਾਣਦੇ ਆ ਪੰਜਾਬ ਦੇ ਅਮਨ ਕਾਨੂੰਨ ਦੇ ਮਾਮਲੇ 'ਚ ਲੋਕਾਂ ਦਾ ਜਿਹੜਾ ਭਰੋਸਾ ਸਾਡੇ ਤੇ ਉਵੇਂ ਹੀ ਬਰਕਰਾਰ ਰੱਖੇ ਅਸੀਂ ਅਮਨ ਕਾਨੂੰਨ ਦੇ ਖਿਲਾਫ ਜਾਣ ਵਾਲਿਆਂ ਨਾਲ ਸ਼ਕਤੀ ਨਾਲ ਨਿਪਟਣਾ ਜਾਣਦੇ ਆ ਇਹਨੂੰ ਅਫਗਾਨਿਸਤਾਨ ਨਹੀਂ ਬਣਨ ਦੇਣਾ ਇਹਨੂੰ ਰੰਗਲਾ ਪੰਜਾਬ ਬਣਾਉਣਾ ਇਹ ਲਵੋ ਲੁਭਾਵ ਉਹਨਾਂ ਦਾ ਜਿਹੜਾ ਸਾਰੇ ਮਾਮਲਿਆਂ ਦੇ ਵਿੱਚ ਸਾਡੇ ਸਾਹਮਣੇ ਸੀਗਾ ਔਰ ਇਸੇ ਮਾਮਲੇ ਦੇ ਵਿੱਚ ਉਹਨਾਂ ਨੇ ਦੁਬਾਰਾ ਇੰਨਾ ਦੁਹਰਾਇਆ ਹੀ ਹੈ ਲੱਗਦਾ ਇਹ ਸੀ ਕਿ ਚੀਫ ਮਿਨਿਸਟਰ ਦੁਬਾਰਾ ਆਏ ਨੇ ਆਪਣਿਆ ਪਾਇਨੇ ਸ਼ਾਇਦ ਉਹ ਕੁਝ ਗੱਲਾਂ ਹੋਰ ਤੱਥਾਂ ਦੇ ਆਧਾਰ ਤੇ ਦਲੀਲ ਦੇ ਆਧਾਰ ਤੇ ਕੋਈ ਨਵੇਂ ਖੁਲਾਸੇ ਵੀ ਕਰ ਦੇ ਔਰ ਸ਼ਾਇਦ ਲੋਕਾਂ ਨੂੰ ਇਹ ਵੀ ਲੱਗਦਾ ਹੋਣਾ ਕਿਤੇ ਵੀ ਚੀਫ ਮਿਨਿਸਟਰ ਕਿਤੇ ਦੁਬਾਰਾ ਨਵੀਂ ਇਨਫੋਰਮੇਸ਼ਨ ਦੇ ਨਾਲ ਜਿਹੜਾ ਲਾਰੈਂਸ ਬਸਨੋਈ ਦੀ ਇੰਟਰਵਿਊ ਦਾ ਜ਼ਿਕਰ ਵੀ ਕਰਦੇ ਤੇ ਉਹ ਵੀ ਕਿਤੇ ਨਾ ਕਿਤੇ ਫੜ ਲਏ ਗਏ ਕੁਝ ਬੰਦੇ ਨੇ ਕੋਈ ਐਫ ਆਈ ਆਰ ਦਰਜ ਹੋ ਗਈ ਹੈ ਨਵੀਆਂ ਗੱਲਾਂ ਸਾਡੇ ਸਾਹਮਣੇ ਆ ਗਈਆਂ ਅਮਨ ਕਾਨੂੰਨ ਦਾ ਮਾਮਲਾ ਤਾਂ ਉਹਦੇ ਨਾਲ ਜੁੜਿਆ ਹੋਇਆ ਹੈ ਨਾ ਮੇਨ ਇਸ਼ੂ ਤੇ ਜਿਹੜਾ ਦੂਜਾ ਮਾਮਲਾ ਹੈ ਜੇ ਜੇ ਇਕੱਲੇ ਉਹਦੀ ਉਹ ਗੱਲ ਕਰ ਰਹੇ ਨੇ ਉਹ ਕੇਵਲ ਅਮਰਿਤਪਾਲ ਬਰਤਾਰੇ ਦੀ ਕੇਵਲ ਮਿਲੀਟੈਂਸੀ ਦੀ ਉਹ ਕੇਵਲ ਅਮਨ ਕਾਨੂੰਨ ਨਹੀਂ ਹੈ ਹੂੰ ਉਹਦਾ ਤਾਂ ਮਾਮਲਾ ਇੱਕ ਪੋਲਿਟিক্যাল ਸਟੇਟ ਨਾਲ ਜਾਂਦਾ ਜੇ ਉਹ ਖਾਨਸਤਾਨ ਵੀ ਮੰਗਦਾ ਤਾਂ ਪੋਲਿਟিক্যাল ਸਟੇਟ ਹੈ ਜੇ ਐਕਟੀਵਿਟੀ ਵੀ ਹੁੰਦੀ ਹੈ ਜਿਹੜੇ ਲੋਕ ਰਿਐਕਟ ਕਰਦੇ ਨੇ ਹਿਊਮਨ ਰਾਈਟਸ ਦੇ ਕੁਐਸਚਨ ਨੇ ਪੋਲਿਟਿਕਸ ਦੇ ਕੁਐਸਚਨ ਨੇ ਉਹ ਹੋਰ ਟਾਈਪ ਦੇ ਕੁਐਸਚਨ ਨੇ ਅਸਲ 'ਚ ਉਹਨਾਂ ਨੂੰ ਐਡਰੈਸ ਮਤਲਬ ਕੇਵਲ ਉਹਨੇ ਇੱਕ ਲਈ ਕੀਤਾ ਔਰ ਮੈਨੂੰ ਲੱਗਦਾ ਕਿ ਹੁਣ ਕਿੰਨਾ ਕੁ ਭਰੋਸਾ ਲੋਕ ਕਰਨਗੇ ਕੇਵਲ ਉਨੇ ਗੱਲ ਤੇ ਜੇ ਕੋਈ ਡਿਟੇਲ ਉਹ ਤੋਂ ਫਰਦਰ ਅੱਗੇ ਦੇ ਦਿੰਦੇ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਸ਼ਾਇਦ ਭਰੋਸਾ ਜ਼ਿਆਦਾ ਵੱਜਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਚੀਫ ਮਿਨਿਸਟਰ ਲਗਾਤਾਰ ਇਨਫੋਰਮੇਸ਼ਨ ਇਕੱਠੀ ਕਰਦੇ ਲੱਗੇ ਨੇ ਹੁਣ ਲੋਕਾਂ ਨਾਲ ਸ਼ੇਅਰ ਕਰ ਰਹੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਕਿ ਲੋਕਾਂ ਦੇ ਪੁੱਤ ਮਰਵਾਉਣੇ ਬੜੇ ਸੌਖੇ ਆ ਆਪਣੀ ਵਾਰੀ ਆਉਂਦੀ ਹੈ ਜਦੋਂ ਨੂੰ ਪਤਾ ਉਦੋਂ ਲੱਗਦਾ ਇਹ ਕਾਫੀ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਵੀ ਇੱਕ ਕੀਤੀ ਹੈ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਪਲੀ ਭਾਂਤ ਅੰਦਾਜ਼ਾ ਹੋ ਗਿਆ ਕਿ ਲੋਕ ਮਾਨਸਿਕਤਾ ਹੁਣ ਨਾਲ ਨਹੀਂ ਰਹੀ ਔਰ ਕਾਫੀ ਲੋਕ ਵਿਰੋਧ ਕਰ ਰਹੇ ਉਹ ਇਸ ਗੱਲ ਤੋਂ ਵੀ ਕਿ ਜਦੋਂ ਉਹ ਕਹਿੰਦੇ ਨੇ ਕਿ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਉਹ ਗਿਣਾਉਂਦੇ ਨੇ ਕਿ ਕਿੰਨਾ ਕਿੰਨਾ ਦੇ ਆਏ ਉਹ ਸਾਰੀ ਗੱਲ ਜਦੋਂ ਇਹ ਕਰਦੇ ਆ ਮੈਨੂੰ ਲੱਗਿਆ ਅੰਦਰ ਤਾਂ ਇੱਕ ਧੁੜਕੋ ਹੁੰਦਾ ਕਿ ਹਾਂ ਮੇਰੇ ਨਾਲ ਪੂਰਾ ਸਮਾਜ ਹੈ 3 ਕਰੋੜ ਲੋਕ ਸਾਡੇ ਨਾਲ ਪਰ ਕਿਤੇ ਇਹ ਫਿਕਰ ਹੁੰਦੀ ਹੈ ਜਦੋਂ ਬੰਦਾ ਇਸ ਤਰ੍ਹਾਂ ਦੀਆਂ ਬਿਆਨੀਆਂ ਦਿੰਦਾ ਹੈ ਨਾ ਉਦੋਂ ਉਹਨੂੰ ਲੱਗਦਾ ਹੈ ਕਿ ਕਾਫੀ ਲੋਕ ਮੇਰਾ ਵਿਰੋਧ ਕਰ ਰਹੇ ਪਰ ਇਹਦੇ ਵਿੱਚ ਦੂਜਾ ਸਵਾਲ ਵੀ ਉਨਾ ਹੀ ਹੈ ਮੈਂ ਜਸਕਰਨ ਸਿੰਘ ਆਈਜੀ ਉਹ ਮਿਲਦੇ ਨੇ ਕਲਤਕ ਸਾਬ ਤੇ ਜੱਥੇਦਾਰ ਨੂੰ ਇਹ ਤੁਹਾਨੂੰ ਇਹਦੇ ਵਿੱਚ ਉਹ ਸੰਦੇਸ਼ ਕੀ ਲੱਗ ਰਿਹਾ ਜਿਹੜਾ ਆਈਜੀ ਇੰਟੈਲੀਜੈਂਸ ਵੀ ਨੇ ਔਰ ਮੈਨੂੰ ਯਾਦ ਹੈ ਜਦੋਂ ਕਿਸਾਨ ਜੱਥੇਬੰਦੀ ਬੈਠੀ ਹੋਵੇ ਜਾਂ ਧੀਰੇ ਵਾਲੇ ਬੈਠੇ ਹੋਣ ਅਜਨਾਲੇ ਦਾ ਮਾਮਲਾ ਹੋਵੇ ਜਸਕਰਨ ਸਿੰਘ ਆਈਜੀ ਉੱਥੇ ਹੁੰਦੇ ਨੇ ਗੱਲਬਾਤ ਚਲਾ ਰਹੇ ਹੁੰਦੇ ਆ ਸਿੰਘ ਸਾਹਿਬ ਨਾਲ ਗੱਲਬਾਤ ਦਾ ਮਤਲਬ ਵੀ ਤਾਂ ਇਹੀ ਆ ਕਿ ਉਹਨਾਂ ਨੂੰ ਮਨਾਉਣ ਦਾ ਕਿ ਸਤਾਈ ਨੂੰ ਕੋਈ ਸਖਤ ਸਪੀਚ ਨਾ ਆਵੇ ਜਾਂ ਕੋਈ ਸਖਤ ਪ੍ਰੋਗਰਾਮ ਨਾ ਆਜੇ ਕੀ ਕਹਿਣਾ ਤੁਹਾਨੂੰ ਹੋ ਸਕਦਾ ਦੋ ਤਿੰਨ ਕਾਰਨ ਨੇ ਇੱਕ ਤਾਂ ਗਵਰਨਮੈਂਟ ਦਾ ਕੋਈ ਮੈਸੇਜ ਲੈ ਕੇ ਗਏ ਹੁਣ ਚੀਫ ਮਿਨਿਸਟਰ ਦਾ ਇਹੋ ਜਾ ਕੇ ਉਹ ਕੀ ਚਾਹੁੰਦੇ ਨੇ ਕਿ ਕਿਸ ਢੰਗ ਨਾਲ ਸਹਿਯੋਗ ਮੰਗਦੇ ਹੁਣ ਕਿ ਇਹੋ ਜੇ ਮਾਹੌਲ ਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰੋ ਦੂਸਰਾ ਸਿਕਿਉਰਿਟੀ ਰੀਜਨ ਵੀ ਹੋ ਸਕਦਾ ਨੇ ਜਿਸ ਲੈਵਲ ਦੇ ਉਹ ਗੱਲ ਹੁੰਦੀ ਆ ਕਿ ਸੁਰੱਖਿਆ ਦੇ ਕਾਰਨਾਂ ਦੇ ਵਿੱਚ ਕਿ ਉਹ ਜੇ ਬੰਦੇ ਆਉਣਗੇ ਕੀ ਆ ਇੱਥੇ ਕੋਈ ਇਹੋ ਜਿਹਾ ਮਾਹੌਲ ਨਾ ਬਣ ਜੇ ਇੱਥੇ ਕੋਈ ਇਹੋ ਜਿਹੇ ਨਾਰੇ ਨਾ ਲੱਗਣ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਸਕਿਉਰਿਟੀ ਰੀਜਨ ਦਾ ਵੀ ਇੱਕ ਕਾਰਨ ਹੋ ਸਕਦਾ ਪਰ ਸਭ ਤੋਂ بڑا ਮਾਮਲਾ ਇਹੀ ਹੈ ਕਿ ਜਿਹੜਾ ਸਿੱਖ ਸੈਂਟੀਮੈਂਟ ਹੈ ਜਜਬਾਤ ਹੈ ਪਿਛਲੇ ਦਿਨਾਂ ਦੇ ਤੋਂ ਜਿਹੜੇ ਲੋਕ ਨਹੀਂ ਵੀ ਮਤਲਬ ਚਾਹੇ ਅਮਰਤਪਾਲ ਨਾਲ ਜਾਂ ਖਾਲਿਸਤਾਨ ਦੇ ਮੁੱਦੇ ਨਾਲ ਜਾਂ ਬਾਕੀ ਨਾਲ ਅਸਹਿਮਤੀ ਰੱਖਣ ਵਾਲੇ ਬੰਦੇ ਨੇ ਉਹ ਵੀ ਇੱਕ ਗੱਲ ਤੇ ਖੜੇ ਹੋਏ ਨੇ ਕਿ ਇਸ ਢੰਗ ਦੇ ਨਾਲ ਜਿਹੜੀ ਫੜੋਫੜਾਈ ਆ ਇਸ ਢੰਗ ਨਾਲ ਜਿਹੜੀ دہشت ਦਾ ਮਾਹੌਲ ਹੈ ਢੰਗ ਨਾਲ ਜਿਹੜਾ ਪੰਜਾਬ ਤੇ ਪੰਜਾਬੀਆਂ ਦਾ ਤੇ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਇੱਕ ਕਿਰਦਾਰਕ ਕੋਸ਼ਿ ਇਹ ਪੂਰੇ ਨੈਸ਼ਨਲ ਲੈਵਲ ਤੇ ਜਾਂ ਦੁਨੀਆ ਲੈਵਲ ਤੇ ਕਰਨ ਦੀ ਗੱਲ ਹੈ ਕਿ ਇਹ ਸ਼ਾਇਦ ਦੁਬਾਰਾ ਵੱਖਵਾਦੀ ਹੋ ਰਹੇ ਨੇ ਫਲਾਣਾ ਹੋ ਰਹੇ ਨੇ ਵੀ ਇਹ ਸਾਰਾ ਜਿਹੜਾ ਇੱਕ ਵਰਤਾਰਾਤ ਬਣ ਰਿਹਾ ਹੈ ਇਹਨੂੰ ਹੋਰ ਜ਼ਿਆਦਾ ਅੱਗੇ ਨਾ ਵਧਾਇਆ ਜਾ ਸਕੇ ਕਿਸੇ ਤਰੀਕੇ ਮੇਰੇ ਖਿਆਲ ਹੈ ਜਥੇਦਾਰ ਸਾਹਿਬ ਨਾਲ ਉਹ ਗੱਲ ਲੱਗਦੀ ਹੈ ਜੇ ਇਹੀ ਹੈ ਉਹਨਾਂ ਨੇ ਕਿਹਾ ਇਹੀ ਹੈ ਕਿ ਮੈਂ ਇੱਥੇ ਰਹਿ ਕੇ ਗਿਆ ਮੈਂ ਆਉਣਾ ਸੀ ਦਰਬਾਰ ਸਾਹਿਬ ਤੇ ਨਾਲ ਸਿੰਘ ਸਾਹਿਬਾਨ ਨਾਲ ਵੀ ਪਹਿਲਾਂ ਵੀ ਮਿਲਦੇ ਰਹਾਂ ਬਾਕੀ ਮਿਲਦੇ ਰਹੇ ਉਹ ਪਵਨਕ ਸਿੰਘ ਜੀ ਅੱਜ ਅੱਲਾਹ ਹੁੰਦੀਆਂ ਨੇ ਪਰ ਇਸ ਤੋਂ ਬਿਲਕੁਲ ਪਹਿਲਾਂ ਮਿਲਣਾ 27 ਤਰੀਕ ਦੀ ਵਾਲੀ ਮੀਟਿੰਗ ਤੋਂ ਪਹਿਲਾਂ ਬਿਲਕੁਲ ਜ세ਦਾਰ ਸਾਹਿਬ ਨਾਲ ਕੋਈ ਨਾ ਕੋਈ ਸਰਕਾਰਾਂ ਦੀ ਚਿੰਤਾ ਤੇ ਉਹ ਜ਼ਰੂਰ ਉਹਨਾਂ ਨਾਲ ਗੱਲ ਕੀਤੀ ਹੋਣੀ ਹੈ ਜਿਹੜਾ ਪੱਤਰਕਾਰਾਂ ਵਾਲਾ ਮਾਮਲਾ ਸਵੇਰ ਦਾ ਕਾਫੀ ਚਰਚਾ ਦੇ ਵਿੱਚ ਹੈ ਇੱਕ ਵੈਬ ਚੈਨਲ ਦੀ ਸੰਪਾਦਕ ਲੜਕੀ ਹੈ ਉਹਦੇ ਪੇਕੇ ਘਰ ਦੇ ਵਿੱਚ ਪੁਲਿਸ ਜਾਣ ਦਾ ਮਾਮਲਾ ਤੇ ਉਹਦੇ ਭਰਾ ਨੂੰ ਥਾਣੇ ਲਿਉਣ ਦਾ ਮਾਮਲਾ ਭੱਖਿਆ ਹੋਇਆ ਇਸੇ ਤਰ੍ਹਾਂ ਇੱਕ ਵੈਬਸਾਈਟ ਨੇ ਦੇ ਸੰਪਾਦਕ ਨੇ ਇੱਕ ਪੱਤਰ ਲਿਖਿਆ ਇਹ ਤੁਸੀਂ ਇਹਦੇ ਉੱਤੇ ਵੀ ਆਪਣੀ ਜ਼ਰੂਰ ਟਿੱਪਣੀ ਦਿਓ ਕਿ ਕੀ ਲੋੜ ਪੈ ਗਈ ਕਿ ਤੁਸੀਂ ਬੋਲਣ ਦੀ ਆਜ਼ਾਦੀ ਦਾ ਸੰਗੀ ਘੁੱਟ ਦੇ ਨਜ਼ਰ ਆਓ ਉਹ ਵੀ ਉਹ ਸਰਕਾਰ ਜਿਹੜੀ ਸਰਕਾਰ ਦਾਵਾ ਕਰਕੇ ਆਉਂਦੀ ਹੈ ਕਿ ਔਰ ਖਾਸ ਤੌਰ ਤੇ ਆਉਂਦੀ ਵੀ ਇਹਨਾਂ ਧਰਾਵਾਂ ਚੋਂ ਨਿਕਲ ਕੇ ਸੋਸ਼ਲ ਮੀਡੀਆ ਤੇ ਦਮ ਤੀ ਆਉਂਦੀ ਹੈ ਜੀ ਹਾਂ ਬਿਲਕੁਲ ਜਦੋਂ ਦਾ ਇਹ ਮਾਮਲਾ ਚੱਲਿਆ ਖਾਸ ਤੌਰ ਤੇ ਅਮਰਤਪਾਲ ਵਾਲਾ ਮਾਮਲਾ ਔਰ ਬੜੇ ਵੱਡੇ ਪੱਧਰ ਦੇ ਉੱਤੇ ਇੱਕ ਤਾਂ ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਸੀ ਕਿ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਹੈ ਜਾਂ ਸੂਚਨਾ ਦਾ ਅਧਿਕਾਰ ਹੈ ਆਪਣੇ ਕੋਲ ਫੰਡਾਮੈਂਟਲ ਰਾਈਟ ਦੇ ਤੌਰ ਦੇ ਉੱਤੇ ਉਹਦੇ ਤੇ ਪਾਬੰਦੀ ਲਾਈ ਕਿ ਟਵਿੱਟਰ ਬਾਕੀ ਦਾ ਜਿਹੜਾ ਇੰਟਰਨੈਟ ਹੀ ਬੰਦ ਕਰ ਦੇਣ ਦਾ ਜਿਹੜਾ ਸਵਾਲ ਹੈ ਫਿਰ ਦੂਜਾ ਗੱਲ ਨਾਲ ਦੀ ਨਾਲ ਇਹ ਕੀਤੀ ਕਿ ਕਾਫੀ ਬੰਦਿਆਂ ਦੇ ਜਿਹੜੇ ਨੇ ਉਹ ਫੇਸਬੁੱਕ ਟਵਿੱਟਰ ਜਾਂ YouTube ਪੇਜ ਹੀ ਜਿਹੜੇ ਉਡਾ ਦੇ ਉੱਤੇ ਜੋ ਉਹਨਾਂ ਨੂੰ ਬੰਦ ਕਰਦੇ ਹੋ ਪੈਨਾ ਕਿਸੇ ਉਸ ਗੱਲ ਤੋਂ ਕਿ ਉਹਦਾ ਇੱਕ ਪ੍ਰੋਪਰ ਐਨਲਿਸਿਸ ਹੋਵੇ ਪ੍ਰੋਪਰ ਗੱਲ ਹੋਵੇ ਇੱਕ ਤਰੀਕਾ ਹੋਵੇ ਕੋਈ ਕੰਪੀਟੈਂਟ ਅਥਾਰਟੀ ਹੋਵੇ ਉੱਤੇ ਤੱਕ ਗੱਲ ਜਾਏ ਇੱਕ ਤਾਂ ਉਹ ਗੱਲਾਂ ਹੁੰਦੀਆਂ ਨੇ ਨਾ ਕਿ ਤੁਸੀਂ ਉੱਥੇ ਤੱਕ ਪਹੁੰਚੇ ਉਹਦੇ ਤੋਂ ਬਿਨਾਂ ਹੀ ਤੁਸੀਂ ਇਹ ਕਰ ਰਹੇ ਹੋ ਤੀਜੀ ਗੱਲ ਇਹ ਹੈ ਕਿ ਲਗਾਤਾਰ ਹੁਣ ਤਾਂ ਪਿਛਲੇ ਦਿਨਾਂ ਤੋਂ ਖਾਸ ਤੌਰ ਤੇ ਇੱਕ ਉਹ ਤਿੰਨ ਬੰਦੇ ਜਿਨ੍ਹਾਂ ਨੇ ਹਰੇਕੇ ਪੱਤਰ ਨਾਲ ਧਰਨਾ ਜਿਹੜਾ ਚੱਲ ਰਿਹਾ ਸੀ ਸਵੇਰੇ ਜਿਸ ਤਰੀਕੇ ਦੇ ਨਾਲ ਪੁਲਿਸ ਗਈ ਹੈ ਜਿਸ ਤੱਕ ਤਰੀਕੇ ਨਾਲ ਅਥਰੂ ਗੈਸ ਤੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਨੇ ਗੱਡੀਆਂ ਦੇ ਸੀਸੇ ਫੁੱਟੇ ਦੇਖੇ ਨੇ ਜਿਨ੍ਹਾਂ ਨੇ ਉਹ ਕਵਰੇਜ ਕੀਤੀ ਉਹਨਾਂ ਨੂੰ ਥਾਣੇ ਬੁਲਾਇਆ ਗਿਆ ਭਾਵੇਂ ਜਦੋਂ ਥੋੜਾ ਬਹੁਤ ਰੌਲਾ ਰੱਪਾ ਪਿਆ ਉਹਨਾਂ ਨੂੰ ਛੱਡ ਦਿੱਤਾ ਗਿਆ ਸ਼ਾਮ ਨੂੰ ਐ ਮਤਲਬ ਉਹਨਾਂ ਤੋਂ ਕੋਈ ਪਰਚਾ ਜਾਂ ਬਾਕੀ ਨਹੀਂ ਕੀਤਾ ਪਰ ਬੁਲਾ ਕੇ ਇੱਕ ਕਿਸਮ ਦਾ ਧਮਕਾਉਣਾ ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਡਿਊਟੀ ਕਰਦੇ ਬੰਦੇ ਨੂੰ ਜਦੋਂ ਉੱਥੇ ਕੋਈ ਇਹੋ ਜਿਹੀ ਗੱਲ ਦੇਖਦੇ ਕਿ ਜੀ ਪਤਾ ਨਹੀਂ ਉਹਨੇ ਜਾੜ ਪੁੱਜ ਕੇ ਕੀਤੀ ਆ ਕੋਈ ਫੇਕ ਨੇ ਉਹ ਜਾਂ ਕੋਈ ਗੱਲ ਜਦੋਂ ਵਿਜ਼ੂਅਲ ਦਿਖਾ ਰਿਹਾ ਕੋਈ ਗਰਾਊਂਡ ਤੋਂ ਕਿ ਕੋਈ ਬੰਦਾ ਤਾਂ ਇਹ ਉਹਦਾ ਰਾਈਟ ਹੈ ਬਲਕਿ ਉਹਦੀ ਡਿਊਟੀ ਹੈ ਕਿਸੇ ਜਰਨਲਿਸਟ ਦੀ ਕਿ ਉਹ ਗੱਲ ਦਿਖਾਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਏਹੀ ਗੱਲ ਇਹ ਹੋ ਜਾਂਦੀ ਹੈ ਕਿ ਜਿਹੜੇ ਇਹ ਇਹ ਲੜਕੀ ਜਿਹੜੀ ਦੀ ਗੱਲ ਹੋ ਰਹੀ ਹੈ ਖਾਨਸ ਟੀਵੀ ਦੇ ਤੌਰ ਤੇ ਜਿਹਦੀ ਗੱਲ ਹੈ ਕਿ ਉਹਦੇ ਘਰ ਛਾਪਾ ਸਵੇਰੇ ਉਹਨਾਂ ਨੇ ਉਹਦੇ ਆਪਣੇ ਦੱਸਣ ਮੁਤਾਬਕ ਇਹ ਹੈ ਕਿ ਸਵੇਰੇ 5 ਵਜੇ ਉਹਦੇ ਪੇਕੇ ਘਰ ਪੈਂਦਾ ਕਿਉਂਕਿ ਉਹਦੀ ਮੈਰਿਜ ਹੋ ਚੁੱਕੀ ਸੀ ਉਹ ਉੱਥੇ ਨਹੀਂ ਸੀ ਕਿਤੇ ਹੋਰ ਸੀ ਤੇ ਉਹਦੇ ਭਰਾ ਨੂੰ ਥਾਣੇ ਸਦ ਲਿਆ ਜਾਂਦਾ ਜਾਂ ਲਜਾਇਆ ਜਾਂਦਾ ਉਸ ਮਾਮਲੇ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਫਿਰ ਜਿਹੜਾ ਇੱਕ ਐਡੀਟਰ ਜੀ ਗਿਲਡ ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਉਹਦੇ ਤੇ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਹੈ ਪ੍ਰੈਸ ਕਲੱਬ ਆ ਫੇਡੀ ਹੈ ਉਹਨੇ ਪ੍ਰੈਸ ਕਾਉਂਸਲ ਆਫ ਇੰਡੀਆ ਦਾ ਇੱਕ ਟਵੀਟ ਅੱਗੇ ਸ਼ੇਅਰ ਕੀਤਾ ਹੈ ਉਹਨੇ ਵੀ ਨਿੰਦਾ ਕੀਤੀ ਹੈ ਪ੍ਰੈਸ ਕਲੱਬ ਮਤਲਬ ਉਹ ਕਹਿੰਦੇ ਨੇ ਵੀ ਗਵਰਨਮੈਂਟ ਆਪਣੀ ਅਯੋਗਤਾ ਜਿਹੜੀ ਹੈ ਆਪਣੀ ਅਸਫਲਤਾ ਇਸ ਪਰਦੇ ਹਿੱਥੇ ਹੇਠ ਨਾ ਉਹ ਪਿਲਾਏ ਇੱਕ ਤਾਂ ਉਹਨੇ ਡਿਮਾਂਡ ਕੀਤੀ ਹੈ ਕਿ ਤੁਰੰਤ ਜਿਹੜੇ ਵੀ ਇਹ ਸੋਸ਼ਲ ਮੀਡੀਆ ਨੈਟਵਰਕ ਨੇ ਜਿਨ੍ਹਾਂ ਦੇ ਪੇਜ ਉਡਾਏ ਨੇ ਪੇਜ ਬੰਦ ਕੀਤੇ ਨੇ ਜਾਂ ਉਹ ਖੋਲੇ ਜਾਣ ਤੇ ਦੂਸਰਾ ਜਿਹੜਿਆਂ ਨੂੰ ਵੀ ਬੁਲਾਇਆ ਜਾ ਰਿਹਾ ਥਾਣੇ ਬੁਲਾਇਆ ਜਾ ਰਿਹਾ ਜਾਂ ਕਿਸੇ ਨੂੰ ਹੋੜ ਰੱਖਿਆ ਉਹਨੂੰ ਫਰੀ ਕੀਤਾ ਜਾਏ ਔਰ ਤੁਸੀਂ ਉਹ ਫੰਡਾਮੈਂਟਲ ਰਾਈਟ ਦੇ ਅਗੇਂਸਟ ਨਹੀਂ ਜਾ ਸਕਦੇ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦਾ ਕੀਤਾ ਤੇ ਨੈਸ਼ਨਲ ਲੈਵਲ ਤੇ ਕੋਈ ਕੱਲਾ ਪੰਜਾਬ ਦਾ ਸਵਾਲ ਨਹੀਂ ਆ ਜਿਹੜਾ ਉਸ ਪੱਧਰ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਇਹ ਹੈ ਵੀ ਗੱਲ ਇਹ ਇੱਕ ਅਲਾਨੀ ਐਮਰਜੈਂਸੀ ਦਾ ਰਹੇ ਹੋ ਤੁਸੀਂ ਜੇਕਰ ਇਸ ਪਾਸੇ ਵੱਲ ਚੱਲ ਰਹੇ ਹੋ ਐਮਰਜੈਂਸੀ ਚ ਕੀ ਸੀ ਅਲਾਨੀ ਸੀ ਕਿ ਜਿਹੜਾ ਬੰਦਾ ਵੀ ਸਰਕਾਰ ਦੇ ਖਿਲਾਫ ਕੁਝ ਵੀ ਲਿਖੇਗਾ ਉਹਨੂੰ ਫੜ ਕੇ ਜੇਲ੍ਹ ਚ ਲਈ ਜਾਏਗੀ ਇਹ ਵੀ ਹੋਈ ਹੋ ਰਿਹਾ ਕਿ ਇਹ ਤੁਸੀਂ ਡਰਾਤਮਕਾ ਕੇ ਉਹਨਾਂ ਨੂੰ ਕਹਿ ਰਹੇ ਹੋ ਜਿਆਦਾ ਆਪਣੀਆਂ ਸਾਰੀਆਂ ਪੋਸਟਾਂ ਲਾ ਦੋ ਜਾਸੀ ਬੰਦ ਕਰ ਦਾਂਗੇ ਤੇ ਅੱਗੇ ਨੂੰ ਵੀ ਕੀਤਾ ਤਾਂ ਤੁਹਾਨੂੰ ਥਾਣੇ ਬੁਲਾ ਕੇ ਧਮਕਾਇਆ ਜਾਏਗਾ ਆ ਪਰਚੇ ਉਹ ਉਹਦੇ ਵਿੱਚ ਪਾ ਦਿੱਤੇ ਜਾਣਗੇ ਇਹਨਾਂ ਗੱਲਾਂ ਤੋਂ ਗਵਰਨਮੈਂਟ ਨੂੰ ਗੁਰੇਜ਼ ਕਰਨਾ ਚਾਹੀਦਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਅੰਦੋਲਨਾਂ ਚੋਂ ਆਈ ਪਾਰਟੀ ਹੈ ਤੇ ਨਾਲ ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਸੋਸ਼ਲ ਮੀਡੀਆ ਨੂੰ ਬਹੁਤ ਵਰਤਦੇ ਆਂ ਔਰ ਵਰਤ ਵੀ ਰਹੇ ਨੇ ਇਹਨਾਂ ਦਿਨਾਂ ਅੱਜ ਤੱਕ ਵੀ ਤੇ ਉਦੋਂ ਪਹਿਲਾਂ ਵੀ ਔਰ ਫਿਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਅਸੀਂ ਲੋਕਾਂ ਦੀ ਆਜ਼ਾਦੀ ਦਾ ਤਾਂ ਸਭ ਤੋਂ بڑے ਦਾਵੇਦਾਰ ਔਰ ਭਗਵੰਤ ਮਾਨ ਖੁਦ ਕਹਿੰਦੇ ਰਹੇ ਕਿ ਅਸੀਂ ਲੋਕਾਂ ਨੂੰ ਸਵਾਲ ਕਰਨਾ ਸਿਖਾਉਣਾ ਸਾਡੀ ਪਾਰਟੀ ਕੋ ਇੱਕ ਪਾਰਟੀ ਆ ਜਿਹੜੀ ਲੋਕਾਂ ਨੂੰ ਇਹ ਕਹੋਂਗੇ ਕਿ ਹਕੂਮਤ ਤੋਂ ਸਵਾਲ ਪੁੱਛੋ ਜਦ ਲੋਕ ਛੱਡੋ ਜਦੋਂ ਪੱਤਰਕਾਰ ਵੀ ਪੁੱਛਣ ਲੱਗੇ ਜੇ ਉਹਨਾਂ ਦੀ ਜਵਾਬband ਕਰਨ ਤੱਕ ਚਲੇ ਗਏ ਹੋ ਤਾਂ ਇਹ ਗੱਲ ਉਹਨਾਂ ਨੂੰ ਵੀ ਪਤਾ ਹੈ ਕਿ ਨਾ ਇੱਥੇ ਐਮਰਜੈਂਸੀ ਰਹੀ ਨਾ ਐਮਰਜੈਂਸੀ ਵਰਗੇ ਦੂਜਿਆਂ ਨੇ ਜੋ ਹਾਲਾਤ ਪੈਦਾ ਕੀਤੇ ਹੋ ਰਹੇ ਔਰ ਤੁਸੀਂ ਪਰਮਾਨੈਂਟ ਨਹੀਂ ਹਕੂਮਤ ਕਿਉਂਕਿ ਇੱਕ ਡੈਮੋਕਰੈਟਿਕ ਸੈਟਅਪ ਹੈ ਤੇ ਤੁਹਾਨੂੰ ਲੋਕਤੰਤਰਿਕ ਰੌ ਰਿਤਾ ਨੂੰ ਲੋਕਤੰਤਰਿਕ ਜਿਹੜਾ ਇੱਕ ਕੁਝ ਮਰਿਆਦਾਵਾਂ ਹੁੰਦੀਆਂ ਨੇ ਉਹਦਾ ਪਾਲਣ ਜੇ ਸਰਕਾਰ ਨਹੀਂ ਕਰੂਗੀ ਤਾਂ ਦੂਜਿਆਂ ਤੋਂ ਕਿਵੇਂ ਕਰਾਏਗੀ ਤਾਂ ਦੂਜਿਆਂ ਨੂੰ ਫਿਰ ਅਨਾਰਕੀ ਬਲਤਾਂ ਕਰਿਓ ਤੁਸੀਂ ਤੁਸੀਂ ਇਹ ਨਹੀਂ ਕਰ ਰਹੇ ਕਿ ਇੱਕ ਜਾਇਜ਼ ਤਰੀਕੇ ਦੀ ਅਨੋਚਨਾ ਵੀ ਸਵਾਰਤਾ ਕਰ ਸਕੋ ਜਾਂ ਲੌਜੀਕਲ ਹੈ ਜੋ ਹਾਂ ਗਵਰਨਮੈਂਟ ਨੂੰ ਲੱਗਦਾ ਕੋਈ ਗੱਲ ਗਲਤ ਹੈ ਤਾਂ ਉਹ ਇੱਕ ਕੱਲੇ ਪਾਰਟੀਕੂਲਰ ਬੰਦੇ ਦੇ ਖਿਲਾਫ ਪਾਰਟੀਕੂਲਰ ਸਟੋਰੀ ਤੇ ਕੋਰਟ ਜਾ ਸਕਦੀ ਹੈ ਡੈਫੇਮੇਸ਼ਨ ਕੇਸ ਫਾਈਲ ਕੀਤਾ ਜਾ ਸਕਦਾ ਬੜੇ ਰਾਹ ਨੇ ਬੜੇ ਕਾਨੂੰਨ ਉਸ ਲੈਵਲ ਦੇ ਉੱਤੇ ਨੇ ਪਰ ਇਸ ਕਿਸਮ ਦੇ ਕੋਈ ਚੱਕ ਕੇ ਆਰਡਰ ਕਰ ਦਿਓ ਬਿਨਾ ਕਿਸੇ ਲਾ ਬਿਨਾ ਕਿਸੇ ਗੱਲ ਦੇ ਉਤੋਂ ਇਹ ਮੇਰਾ ਕਹਿਣਾ ਹੈ ਅੱਜ ਦੇ ਦੌਰ ਦੇ ਵਿੱਚ ਮਨਜ਼ੂਰ ਕਰਨ ਯੋਗ ਨਹੀਂ ਹੈ ਔਰ ਲੋਕ ਇਹ ਤੇ ਪ੍ਰੋਟੈਸਟ ਕਰ ਵੀ ਰਹੇ ਨੇ ਲਗਾਤਾਰ ਲਗਾਤਾਰ ਔਰ ਸ਼ਾਇਦ ਹੋਰ ਵਧਣਗੇ ਜੇਕਰ ਗਵਰਨਮੈਂਟ ਨੇ ਇਹ ਤੋਂ ਪਿੱਛਾ ਨਾ ਟਾਇਆ ਗੱਲ ਸਹੀ ਦੀ ਨਹੀਂ ਗੱਲ ਪੈਸੇ ਦੀ ਹੈ ਅੱਜ ਤੁਸੀਂ ਚਾਰ ਨੂੰ ਫੜ ਰਹੇ ਹੋ ਕੱਲੂ ਦੂਜੇ ਤੀਜੇ ਚੌਥੇ ਤੁਸੀਂ ਤਾਂ ਬਿਲਕੁਲ ਹੀ ਗळा ਪ੍ਰਸ ਦੀ ਗळा ਕੁੱਟਣ ਵਾਲੇ ਪਾਸੇ ਚੱਲ ਪਾਉਗੇ ਫਿਰ ਉਸ ਤਰੀਕੇ ਦੇ ਨਾਲ ਹਾਂ ਅੱਜ ਸ਼ਾਮ ਨੂੰ ਹੀ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਸੁਮੇਤ ਜਸਪਾਲ ਸਿੰਘ ਸਿੱਧੂ ਤੋਂ ਲੈ ਕੇ ਸਾਰੇ ਜਨੇ ਉੱਥੇ ਵੱਡੇ ਜਰਨਲਿਸਟ ਵੀ ਹੈ ਉਹ ਪ੍ਰੋਟੈਸਟ ਕਰ ਰਿਹਾ ਜੋ ਸਥਿਤੀ ਬਣੀ ਹੋਈ ਹੈ ਉਹਦੇ ਵਿੱਚ ਪ੍ਰਸਤੀ ਆਜ਼ਾਦੀ ਦਾ ਵੀ ਮਾਮਲਾ ਹੈ ਔਰ ਇੱਕ ਅਲੱਗ ਗੱਲ ਕਹਿ ਸਕਦੀ ਹਾਂ ਸਰਦਾਰ ਹਮੇਸ਼ ਸਿੰਘ ਜੀ ਐਸਐਸਪੀ ਖੰਨਾ ਉਹ ਕਾਫੀ ਦਸਤਾਵੇਜ਼ ਦਿਖਾ ਕੇ ਹੁਣ ਜਿਹੜੀ ਪੁਲਿਸ సే ਤੇਰੀ ਆ ਕਿ ਇਹ ਸਾਜ਼ਿਸ਼ ਵੱਡੀ ਸੀਗੀ ਦੇਸ਼ ਦੇ ਖਿਲਾਫ ਇੱਕ ਜੋਤ ਛੇੜਨ ਵਰਗੀ ਸਥਿਤੀ ਸੀਗੀ ਅਮਰਤਪਾਲ ਟਾਈਗਰ ਫੋਰਸ ਦਾ ਜ਼ਿਕਰ ਹੋ ਰਿਹਾ ਆਨੰਦਪੁਰ ਖਾਲਸਾ ਫੌਜ ਦਾ ਜ਼ਿਕਰ ਹੋ ਰਿਹਾ ਲੈਟਰ ਹੈਡਸ ਦੀ ਗੱਲ ਹੋ ਰਹੀ ਆ ਵਟਸਐਪ ਗਰੁੱਪਾਂ ਦੀ ਗੱਲ ਹੋ ਰਹੀ ਆ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੀ ਗੱਲ ਹੋ ਰਹੀ ਆ ਜਿਹੜਾ ਨਸ਼ਾ ਛਡਾਉਣ ਦੀ ਆਰਟ ਦੇ ਵਿੱਚ ਉਹਨਾਂ ਨੂੰ ਟ੍ਰੇਨਡ ਕੀਤੇ ਜਾਣ ਦੀ ਗੱਲ ਹੋ ਰਹੀ ਆ ਔਰ ਇਹਦੇ ਨਾਲ ਨਾਲ ਡਾਲਰ ਤੱਕ ਕਰੰਸੀ ਤੱਕ ਹੋਰ ਬੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਨੂੰ ਸੱਚ ਮੰਨੀਏ ਉਧਰ ਉੱਤਰਾਖੰਡ ਦੇ ਵਿੱਚ ਜਿਹੜੀ ਅਨਾਉਂਸਮੈਂਟ ਹੋ ਰਹੀ ਆ ਉਹ ਵੀ ਦੇਸ਼ ਦੇ ਸਭ ਤੋਂ ਵੱਡੇ ਅਪਰਾਧੀ ਵਾਂਗ ਪੇਸ਼ ਕੀਤਾ ਜਾ ਰਿਹਾ ਅਮਰਤਪਾਲ ਨੂੰ ਇਹ ਸੱਚਮੁੱਚ ਇਹ ਵਰਤਾਰੇ ਏਡੇ ਵੱਡੇ ਸੀ ਤਾਂ ਫਿਰ ਇਹਨਾਂ ਨੂੰ ਇੰਨਾ ਵਧਨਫੁੱਲਣ ਕਿਉਂ ਦਿੱਤਾ ਗਿਆ ਪਹਿਲਾਂ ਸਰਕਾਰ ਤੇ ਏਜੰਸੀਆਂ ਤੇ ਪੁਲਿਸ ਕਿਉਂ ਸੋਤੀ ਰਹੀ ਇਹ ਕਾਮ ਸਤਾਰਨ ਬੰਦੇ ਦੇ ਅੰਦਰ ਵੀ ਸਵਾਲ ਉੱਠਦੇ ਆ ਕਿ ਇੰਨਾ ਕੁਝ ਹੋ ਗਿਆ ਇੰਨਾ ਕੁਝ ਸਾਡੇ ਵਿੱਚ ਹੋ ਗਿਆ ਸਾਡੇ ਸਾਹਮਣੇ ਹੋ ਗਿਆ ਅਸੀਂ ਕਿੱਥੇ ਸੀਗੇ ਪੁਲਿਸ ਕਿੱਥੇ ਸੀ ਤੰਤਰ ਕਿੱਥੇ ਸੀ ਖੋਪੀਆ ਇਹ ਇਹ ਸਵਾਲ ਤਾਂ ਪੁੱਛਣਗੇ ਹੀ ਲੋ ਅਸਲ ਦੇ ਵਿੱਚ ਜਿਹੜੀ ਐਸਐਸਪੀ ਖੰਨਾ ਅਮਨੀਤ ਕੌਂਡਲ ਜੋ ਗੱਲ ਕਰ ਰਹੇ ਸੀਗੇ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜਾ ਬੰਦਾ ਫੜਿਆ ਗਿਆ ਉਹਦਾ ਬਾਡੀਗਾਰਡ ਦੇ ਤੌਰ ਤੇ ਫੜਿਆ ਗਿਆ ਨਾਲ ਰਹਿੰਦਾ ਸੀ ਤੇ ਉਹਦੇ ਤੋਂ ਸਾਨੂੰ ਜੋ ਪਤਾ ਲੱਗਿਆ ਜੋ ਤਫਤੀਸ਼ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਇਹ ਕਰਦੇ ਨੇ ਕਿ ਉਹਨਾਂ ਕੋਲ ਕਰੰਸੀ ਵੀ ਸੀ ਉਹਦਾ ਕੋਲ ਆ ਆਪਣਾ ਇੱਕ ਆਰਮੀ ਬਣਾ ਰਹੇ ਸੀ ਟਾਈਗਰ ਫੋਰਸ ਦੇ ਨਾਂ ਤੇ ਅਮਰਤਪਾਲ ਦੇ ਨਾਂ ਤੇ ਬਾਕੀ ਸਾਰਾ ਕੁਝ ਉਹ ਬਣ ਰਿਹਾ ਸੀ ਜਿਵੇਂ ਇੱਕ ਸਰਕਾਰ ਚੱਲ ਰਹੀ ਹੁੰਦੀ ਹੈ। ਔਰ ਇਹ ਤਾਂ ਮੈਨੂੰ ਲੱਗਦਾ ਉਦੋਂ ਵੀ ਜਿਆਦਾ بڑا ਸਵਾਲ ਹੋ ਗਿਆ ਜਿਵੇਂ ਪੁਰਾਣਾ ਜਦੋਂ ਕਹਿੰਦੇ ਸੀ ਨਾ ਜਦੋਂ ਧਰਮਯੁੱਧ ਮੋਰਚਾ ਚੱਲਦਾ ਸੀ ਪੁਰਾਣੇ ਲੀਡਰ ਜਗਜੀਤ ਸਿੰਘ ਚੋਹਾਨ ਵਰਗੇ ਗੰਗਾ ਸਿੰਘ ਢਿੱਲੋਂ ਵਰਗੇ ਬਾਹਰ ਬੈਠ ਕੇ ਆਪੋ ਆਪ ਨੂੰ ਕਿਸੇ ਨੇ ਖਾਲਸਾਣ ਦਾ ਰਾਸ਼ਟਰਪਤੀ ਡਿਕਲੇਅਰ ਕਰਤਾ ਸੀ ਬਾਕੀ ਨਾਲ ਮਿਲ ਕੇ ਕਿਸੇ ਨੇ ਪ੍ਰਧਾਨ ਮੰਤਰੀ ਬਣਾ ਲਿਆ ਕਿਸੇ ਨੇ ਕੁਝ ਇੱਥੇ ਤਾਂ ਜੇ ਮਾੜਾ-ਮੋਟਾ ਵੀ ਕੁਝ ਨਹੀਂ ਦਿਖਾਈ ਦਿੱਤਾ ਉਹ ਤਾਂ ਜੇ ਇੱਕ ਪਹਿਲਾ ਮੂਵਮੈਂਟ ਸੀ ਕਿ ਧੜਾ ਸੀ ਇੱਕ ਗਰੁੱਪ ਸੀ ਜਗਜੀਤ ਚੋਹਾਨ ਵਰਗੇ ਮਨਿਸਟਰ ਰਹਿ ਗਏ ਸੀ ਪੰਜਾਬ ਦੇ ਵਿੱਚ ਕਿਸੇ ਸਮੇਂ 67 ਚ ਕਿਸੇ ਗਵਰਨਮੈਂਟ ਦੇ ਵਿੱਚ ਇੱਕ ਨਾਂ ਸੀ ਇੱਕ ਕੱਦ ਸੀ ਬੜਾ ਕੁਛ ਸੀਗਾ ਹਾਲਾਂਕਿ ਉਹ ਵੀ ਬਾਅਦ ਦੇ ਵਿੱਚ ਆਏ ਇੱਥੇ ਬੜੇ ਆਰਾਮ ਦੀ ਜ਼ਿੰਦਗੀ ਜਿਉਈ ਹੈ ਬਾਰਤ ਕੋਈ ਏਜੰਸੀ ਨੇ ਕੁਝ ਨਹੀਂ ਕਿਹਾ ਜਦੋਂ ਉਸ ਤੋਂ ਬਾਅਦ ਆ ਕੇ ਦੇਸ਼ ਦੇ ਵਿੱਚ ਆਪਣੇ ਜਗ੍ਹਾ ਇੱਥੇ ਆ ਕੇ ਰਹੇ ਨੇ ਤੇ ਕੀ ਇਹ ਸਾਰਾ ਸੰਗੂਫਾ ਕਿਤੇ ਉਹਨਾਂ ਨਾਲ ਰਲ ਮਿਲ ਕੇ ਖੰਡਿਆ ਗਿਆ ਜਿਹੜਾ ਇਹ ਗੱਲ ਅਸੀਂ ਦੁਬਾਰਾ ਤਾਂ ਨਹੀਂ ਹੈ ਮੈਨੂੰ ਇਹ ਲੱਗ ਰਿਹਾ ਕਿ ਫਿਰ ਦੁਬਾਰਾ ਕਿਤੇ ਇੱਕ ਗੱਲ ਤੁਸੀਂ ਵੱਡੇ ਤੌਰ ਤੇ ਵੱਡੇ ਕੈਨਸ ਦੇ ਉੱਤੇ ਉਤਾਰਤੀ ਹੈ ਜਿਸ ਢੰਗ ਨਾਲ ਤੁਸੀਂ ਐਨੇ ਜ਼ਿਲ੍ਹਿਆਂ ਦੀ ਪੁਲਿਸ ਲਾਈ ਜਿਸ ਢੰਗ ਨਾਲ ਤੁਸੀਂ ਦੋ ਨੈਸ਼ਨਲ ਲੈਵਲ ਦੀਆਂ ਏਜੰਸੀਆਂ ਤੇ ਸਟੇਟ ਲੈਵਲ ਦੇ ਮਿਲ ਕੇ ਦੋਨੋਂ ਤਰ੍ਹਾਂ ਇੱਕ ਜੁਗਨਬੰਦੀ ਦੇ ਨਾਲ ਤੁਸੀਂ ਕਹਿ ਰਹੇ ਹੋ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਟੋਟਲ ਤਾਕਤ ਉਤਾਰ ਦਿੱਤੀ ਗਈ ਹੈ ਤੇ ਜੇ ਖੋਦਿਆ ਪਹਾੜ ਨਿਕਲੇ ਜਾਂ ਚੂਹਾ ਜਿਹੜਾ ਦੀ ਗੱਲ ਆਪਾਂ ਕਰਦੇ ਆ ਜੇ ਉਹ ਨਿਕਲਿਆ ਤਾਂ ਬਦਨਾਮੀ ਬਹੁਤ ਜ਼ਿਆਦਾ ਹੋਏਗੀ ਔਰ ਸਕ੍ਰਿਪਟ ਕੁਸਤਾ ਚਾਹੀਦੀ ਹੈ ਨਾ ਜਿਹੜੀ ਮਾੜੀ ਮੋਟੀ ਉਹਨੂੰ ਜਿਹੜੀਆਂ ਫੀਲਿੰਗ ਦੀ ਬਲੈਂਕ ਸੌਂਦੀਆਂ ਨੇ ਖਾਲੀ ਥਾਵਾਂ ਭਰਨ ਦਾ ਜਿਹੜਾ ਸਵਾਲ ਹੈ ਉਹ ਖਾਲੀ ਥਾਵਾਂ ਕਿਵੇਂ ਭਰੀਆਂ ਜਾਣ ਇਹ ਜਿਹੜੇ ਟੁਕੜਿਆਂ 'ਚ ਪ੍ਰੈਸ ਕਾਨਫਰੰਸਾਂ ਨੇ ਕਰਕੇ ਜਿੱਥੋਂ-ਜਿੱਥੋਂ ਆ ਜਾਂਦੀਆਂ ਚੀਜ਼ ਉਥੋਂ ਇਹ ਨਜ਼ਰ ਆਉਂਦੀ ਹੈ ਕਿ ਤੁਸੀਂ ਕੀ ਇਹਨਾਂ ਗੱਲਾਂ ਨੂੰ ਪੇਪਰ ਤੇ ਉਤਾਰੀ ਇੱਕ ਗੱਲ ਨੂੰ ਦੂਜੀ ਗੱਲ ਨੂੰ ਤੀਜੀ ਗੱਲ ਨੂੰ ਕੋਈ ਇੱਕ ਬੰਦਾ ਲਿਖ ਵੀ ਦੇਵੇ ਖਿਆਲੀ ਪਨਾਉ ਜਿਹੜੇ ਨੇ ਇਹਨਾਂ ਨੂੰ ਐਡਾ ਵੱਡੇ ਉਭਾਰ ਦੋਗੇ ਕਿ ਇੱਥੇ ਪਤਾ ਨਹੀਂ ਕੀ ਹੋ ਸਕਦਾ ਸੀ ਕੀ ਨਹੀਂ ਹੋ ਸਕਦਾ ਸੀ ਉਸ ਪਦਰ ਦੇ ਉੱਤੇ ਔਰ ਦੂਜੀ ਗੱਲ ਅਜੇ ਅਮਰਤਪਾਲ ਦੇ ਨਾਲ ਕੌਣ ਸੀ ਕਿੰਨੇ ਲੋਕ ਸੀ ਤੁਸੀਂ ਖੁਦ ਮੰਨਦੇ ਹੋ ਸਾਰੇ ਫੜ ਲਏ ਤੁਸੀਂ ਕੱਲ ਮੰਨ ਲਓ ਕਹਿੰਦੇ ਸੀ ਜੀ ਮਿਨਿਸਟਰ ਨੇ ਇੱਕ ਵਾਰ ਕਿਹਾ ਸੀ ਅਸੀਂ ਸਾਰੇ ਫੜ ਲਏ ਜੀ ਜਿਹੜੇ ਹੇਟ ਫੈਲਾ ਰਹੇ ਸੀ ਹੁਣ ਉਹ ਸਾਰਿਆਂ ਚੋਂ ਤੁਸੀਂ ਆਪ ਮੰਨੇ 177 ਤੱਕ ਹੈ ਨਹੀਂ ਉਹਨਾਂ ਨੂੰ ਤਾਂ ਚੇਤਾਵਨੀ ਦੇ ਕੇ ਛੱਡੋਗੇ ਤੁਸੀਂ ਆਪ ਮੰਨ ਲਿਆ ਥਰੂ ਆਈਜੀ 33 ਬੰਨੇ ਦਾ 30 ਜਾਂ 33 ਰਹਿ ਗਏ 30 ਜਾਂ 33 ਨੇ ਉਹ ਕ੍ਰਿਮੀਨਲ ਹੋਸ ਲੈਵਲ ਦੇ ਉਹਦੇ ਚ ਵੀ ਕਈ ਪ੍ਰਧਾਨ ਮੰਤਰੀ ਬਾਜੇ ਕਾ ਫਲਾਣਾ ਅਲਮਗਲਮ ਜਿਹੜੇ ਅੱਠਵੀਂ ਪਾਸ ਬੰਦੇ ਕਿਤੇ YouTube Facebook ਮੁਕ ਤੇ ਆਪਣੀ ਰੋਜੀ ਰੋਟੀ ਚਲਾਉਂਦੇ ਸੀ ਕਿਸ ਨਾ ਕਿਸੇ ਦੀ ਗੱਲ ਕਰ ਦਿੰਦੇ ਸੀ ਮਾੜਾ ਉਹਨਾਂ ਨੂੰ ਤੁਸੀਂ ਮਾਸਟਰ ਮਾਈਂਡ ਬਣਾਤਾ ਐਡੇ ਵੱਡੇ ਜਾ ਕੇ ਨਾ ਵੀ ਪਤਾ ਨਹੀਂ ਉਹ ਤਾਂ ਜੁਦ ਕਲਾ ਦੇ ਮਾਹਰ ਹੋ ਗਏ ਤੇ ਕਿਸ ਤਰੀਕੇ ਨਾਲ ਲੜਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਉਹ ਜਿਹੜੀਆਂ ਚੀਜ਼ਾਂ ਨੇ ਮੇਰੇ ਖਿਆਲ ਆ ਉਹ ਲੋਕਾਂ ਦੇ ਘਣੋਂ ਉਤਰ ਨਹੀਂ ਆਣੀ ਕਿਉਂਕਿ ਲੋਕ ਇਸ ਪ੍ਰੈਕਟਿਸ ਚੋਂ ਗੁਜ਼ਰ ਚੁੱਕੇ ਨੇ ਪੰਜਾਬ ਦੇ ਵੱਡੇ ਪ੍ਰੈਕਟਿਸ ਚੋਂ ਗੁਜ਼ਰ ਚੁੱਕੇ ਨੇ ਕੋਈ ਉਹਨਾਂ ਦੇ ਸਾਹਮਣੇ ਇਹ ਪਹਿਲੀ ਗੱਲ ਨਹੀਂ ਆ ਕਿ ਥੋੜੀ ਗੱਲ ਹੈ ਇਸੇ ਦੇ ਨਾਲ ਇਹ ਗੱਲ ਹੋ ਰਹੀ ਹੈ ਉਤਰਾਖੰਡ ਦੇ ਵਿੱਚ ਵੀ ਉਹੀ ਪ੍ਰਚਾਰ ਜੇ ਖੰਨਾ ਉਤਰਾਖੰਡ ਦੇ ਸਾਰਿਆਂ ਨੂੰ ਬੁਲਾ ਕੇ ਦੇਖੋ ਉਹ ਵੀ ਇਹੀ ਕਹਿ ਰਹੇ ਨੇ ਹਿੰਦੀ ਚ ਸਾਰੇ ਲੋਕਾਂ ਨੂੰ ਵੀ ਜੇ ਕਿਸੇ ਨੂੰ ਪਪਲ ਪ੍ਰੀਤ ਅਮਰ ਇਹ ਅਮਰਪਾਲ ਹਰਪ੍ਰੀਤ ਤੇ ਉਹ ਸਾਰਿਆਂ ਦੇ ਨਾਂ ਲੈ ਕੇ ਕਹਿ ਰਹੇ ਨੇ ਜੇ ਕਿਸੇ ਨੇ ਉਹਨਾਂ ਨੂੰ ਪਨਾਹ ਦਿੱਤੀ ਜੇ ਕਿਸੇ ਨੇ ਉਸ ਪੁਰਸ਼ ਨੂੰ ਨਾਂ ਦੱਸਿਆ ਮਤਲਬ ਜੇ ਉਹਨਾਂ ਨੂੰ ਪਤਾ ਲੱਗ ਗਿਆ ਜੇ ਹੋਰ ਕਿਸੇ ਕਿਸ ਨੇ ਦੀ ਮਦਦ ਕੀਤੀ ਤਾ ਉਹਨਾਂ ਤੇ ਵੀ ਰਾਸ਼ਟਰੀ ਸੁਰੱਖਿਆ ਕਾਨੂੰਨ ਲਾ ਦਿੱਤਾ ਜਾਏਗਾ ਐਨਐਸਏ ਲਾ ਦਿੱਤਾ ਜਾਏਗਾ ਜਦ ਕਿ ਪੰਜਾਬ ਤੋਂ ਵੀ ਬਹੁਤ ਸਾਰੀਆਂ ਧਿਰਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਬਾਕੀ ਵੀ ਉਹ ਕਹਿੰਦੇ ਐਨਐਸਏ ਐ ਨਹੀਂ ਲੱਗ ਸਕਦਾ ਹੁੰਦਾ ਜਿਵੇਂ ਤੁਸੀਂ ਕਿਹਾ ਇੱਕ ਵੀ ਗਰਾਊਂਡ ਤੇ ਦਲੀਲ ਨਹੀਂ ਤੁਹਾਡੇ ਕੋਲ ਹਜੇ ਤੱਕ ਕੋਈ ਤੱਥ ਨਹੀਂ ਕੋਈ ਕਤਲ ਨਹੀਂ ਹੋਇਆ ਹਜੇ ਤੱਕ ਕੋਈ ਕਮਿਊਨਲ ਦੰਗਾ ਕਿਸੇ ਨੇ ਕਰਾਤਾ ਹੋਵੇ ਕਿਸੇ ਦੇ ਉਹਦੇ ਚੋਂ ਨਜ਼ਰ ਆਉਂਦਾ ਹੋਵੇ ਪੰਜਾਬ ਦੇ ਵਿੱਚ ਕੋਈ ਹਿੰਦੂ ਸਿੱਖ ਟਕਰਾਅ ਨਜ਼ਰ ਆ ਗਿਆ ਹੋਵੇ ਕਿਸੇ ਮਾਮਲੇ ਦੇ ਵਿੱਚ ਸਾਰੇ ਮਾਮਲੇ 'ਚ ਕਿਤੇ ਕੋਈ ਗੱਲ ਦਿਖਾਈ ਤਾਂ ਦੇਵੇ ਨਾ ਕਿਤੇ ਰਗ ਤੇ ਕੋਈ ਗੱਲ ਹੂੰ ਔਰ ਇਸ ਲਈ ਲੋਕ ਐਮਐਸ ਤੋਂ ਵਿਡਰਾ ਕਰਨ ਦੀ ਡਿਮਾਂਡ ਕਰ ਰਹੇ ਨੇ ਮੰਗ ਕਰ ਰਹੇ ਨੇ ਜਾਂ ਵੱਡੇ ਤੋਂ ਵੱਡੇ ਬਾਕੀ ਲੋਕ ਵੀ ਜਿਹੜੇ ਹੋਰ ਵੀ ਸਾਰੇ ਨੇ ਰਲ ਮਿਲ ਕੇ ਇਸੇ ਕਰਕੇ ਇਹ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਤੁਸੀਂ ਫਲਾਈ ਜਾਓਗੇ ਚੀਜ਼ ਨੂੰ ਜੇ ਉਹਦੇ 'ਚ ਸਬਸਟੈਂਸ਼ੀਅਲ ਐਵੀਡੈਂਸ ਨਹੀਂ ਹੋਏਗਾ ਇੱਕ ਲੋਕਾਂ ਨੂੰ ਜਚਣ ਵਾਲੀ ਕੋਈ ਦਲੀਲ ਤੇ ਬਾਕੀ ਕੋਈ ਗੱਲ ਨਾ ਤਾਂ ਜਿਹੜੀ ਸਿਕਰੇਪਟ ਲਿਖ ਰਹੇ ਹੋ ਉਹ ਹਲਕੀ ਹੋ ਜਾਂਦੀ ਹੈ ਉਹ ਭਰੋਸਾ ਪੈਦਾ ਕਰਨ ਦੀ ਬਜਾਏ ਸਗੋਂ ਬੇਭਰੋਸਗੀ ਜ਼ਿਆਦਾ ਪੈਦਾ ਕਰਦੀ ਹੈ ਬੇਭਰੋਸਗੀ ਪੰਜਾਬ ਚ ਜੇ ਜ਼ਿਆਦਾ ਪੈਦਾ ਹੁੰਦੀ ਹੈ ਸਰਕਾਰ ਤੋਂ ਜਿਵੇਂ ਕਿ ਇੱਕ ਹੱਦ ਤੱਕ ਜਾ ਰਹੀ ਹੈ ਤੇ ਹੋਰ ਵੀ ਖਤਰਨਾਕ ਹੈ ਜਦੋਂ ਕਿ ਪੋਲੀਟੀਕਲ ਵੈਕਿਊਮ ਚੱਲ ਰਿਹਾ ਹੋਵੇ ਖਲਾਅ ਚੱਲ ਰਿਹਾ ਹੋਵੇ ਉਹੇ ਜੇ ਮਾਹੌਲ ਦੇ ਵਿੱਚ ਗਵਰਨਮੈਂਟ ਨੂੰ ਆਪਣੀ ਭਰੋਸੇਯੋਗਤਾ ਬਹਾਲ ਕਰਨੀ ਚਾਹੀਦੀ ਹੁੰਦੀ ਹੈ ਨਾ ਕਿ ਇਹੋ ਜਿਹਾ ਇੱਕ ਕਿਆਸ ਸਰਜਰ ਦੇਣਾ ਚਾਹੀਦਾ ਹੁੰਦਾ ਜਾਂ ਇੱਕ ਇਹੋ ਜਿਹਾ मतलब अनार के सिक महोर सर जिंदणा ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ ਠੀਕ ਕੀ ਹੈ ਗਲਤ ਕੀ ਹੈ ਲੋਕਾਂ ਨੂੰ ਭਰੋਸੇ ਚ ਲਾਓ ਜੋ ਹਕੀਕਤ ਹੈ ਉਹ ਸਾਹਮਣੇ ਲਿਆਓ ਗਲਤ ਵੀ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਜੇ ਐਡਾ ਵੱਡਾ ਨਹੀਂ ਸੀ ਛੋਟੀ ਗੱਲ ਸੀ ਛੋਟੀ ਤੇ ਲੋਕ ਉਸ ਗੱਲ ਨੂੰ ਮੰਨ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਇਹਨੂੰ ਮਤਲਬ ਹਵਾ ਦੇਣ ਦੀ ਜਿਹੜੀ ਗੱਲ ਹੈ ਲਗਾਤਾਰ ਐ ਲੱਗ ਰਿਹਾ ਜਿਵੇਂ ਦੇਸ਼ 'ਚ ਹੋਰ ਕੁਝ ਨਹੀਂ ਹੋ ਰਿਹਾ ਇੰਨੇ ਦਿਨਾਂ ਤੋਂ ਕੇਵਲ ਅਮਰਪਾਲ ਤੇ ਉਹਦੇ ਸਾਥੀ ਭੱਜ ਰਹੇ ਨੇ ਵਿਛੇ ਪੁਰਸਦਾਰ ਰਹੀ ਹੈ ਸਾਰੀ ਸਰਕਾਰ ਦਾ ਪੂਰੀ ਫੋਕਸ ਉਹਦੇ ਤੇ ਲੱਗਿਆ ਹੋਇਆ ਕੇਂਦਰ ਤੇ ਪੰਜਾਬ ਦੀ ਸਰਕਾਰ ਦਾ ਹੋਰ ਕੁਝ ਵਾਪਰ ਨਹੀਂ ਰਿਹਾ ਪੰਜਾਬ ਚ ਕਿਸੇ ਵੀ ਮਾਮਲੇ ਦੇ ਵਿੱਚ ਐ ਦਿਖਾਵਾ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਜਿਹੜਾ ਕਿ ਬਹੁਤ ਵਧੀਆ ਗੱਲ ਨਹੀਂ ਮੰਨੀ ਜਾਂਦੀ ਸਰਦਾਰ ਹਮੀਰ ਸਿੰਘ ਜੀ ਵੈਸੇ ਨਾ ਇੱਕ ਆਮ ਸੁਧਾਰਨ ਜਗਿਆਸਾ ਵਜੋਂ ਹੀ ਸਵਾਲ ਆ ਸਰਕਾਰ ਸਾਹਿਬ ਨੂੰ ਭਗਵੰਤਪਨ ਜੀ ਜੇਕਰ ਇਹ ਆਪਰੇਸ਼ਨ ਵਿਉਂਤਿਆ ਗਿਆ ਸੀ ਥੋੜੀ ਬਹੁਤੀ ਇਨਪੁਟਸ ਹੋਊਗੀ ਕਿ ਹੁਣ ਕੀ ਇਨਪੁਟਸ ਕੇ ਇਹ ਬੰਦਾ ਬਹੁਤ ਖਤਰਨਾਕ ਹੋ ਗਿਆ ਜਿਵੇਂ ਹੁਣ ਵੀ ਤਫਸੀਲ ਆ ਰਹੀ ਹੈ ਵਕ ਵਕ 타ਵਾ ਤੋਂ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਆਪਰੇਸ਼ਨ ਸੀ ਉਹ ਬਹੁਤ ਫੂਲ ਪ੍ਰੂਫ ਹੋਊਗਾ ਫਿਰ ਚਲੋ ਆਪਰੇਸ਼ਨ ਸਫਲ ਨਹੀਂ ਹੋਇਆ ਮੰਨ ਲੈਨੇ ਲੇਕਿਨ ਇਸ ਆਪਰੇਸ਼ਨ ਦੀ ਅਸਫਲਤਾ ਲਈ ਜ਼ਿੰਮੇਵਰੀ ਤੈਅ ਕੀਤੀ ਗਈ ਕਿਹੜੇ ਪੁਲਿਸ ਅਧਿਕਾਰੀਆਂ ਕੋਈ ਐਫ ਆਈ ਆਰ ਦਰਜ ਹੋਈ ਕਿ ਇੰਨਾ ਸਾਰਾ ਕੁਝ ਵਾਪਰਨ ਤੋਂ ਬਾਅਦ ਇਹਦੀ ਅਸਫਲਤਾ ਲਈ ਕੋਈ ਤਾਂ ਮਾੜਾ ਮੋਟਾ ਮੂੰਹ ਰੱਖਣੀ ਹੁੰਦੀ ਜੇ ਸੱਚਮੁੱਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰ ਲਈ ਜਾਂਦੀ ਕਿ ਇਹ ਆਪਰੇਸ਼ਨ ਅਸਫਲ ਕਿਉਂ ਹੋਇਆ ਇਹਦੇ ਵਿੱਚ ਚੋਰ ਮੋਰੀਆਂ ਕਿੱਥੇ ਰਹਿ ਗਈਆਂ ਕੀ ਕੋਈ ਘਰ ਦੇ ਭੇਤੀ ਸੀ ਜਿਵੇਂ ਅਮਰਤਪਾਲ ਦੇ ਚਾਚੇ ਦੀ ਇੱਕ ਆਡੀਓ ਆਉਂਦੀ ਆ ਉਹ ਪਪਲਪ੍ਰੀਤ ਨੂੰ ਕਹਿ ਰਿਹਾ ਵੀ ਆਪਣੇ ਬੰਦੇ ਬੜੇ ਰਲੇ ਹੋਏ ਮੈਨੂੰ ਲੱਗਦਾ ਏਜੰਸੀਆਂ ਨਾਲ ਆਪਣੇ ਬੰਦੇ ਰਲ ਗਏ ਆ ਵਿੱਚੋਂ ਹੀ ਦੱਸੀ ਜਾ ਰਹੇ ਕਿਤੇ ਦੋਨੇ ਤਰੀ ਬੰਦੇ ਅੰਦਰੋਂ ਖਾਤੀ ਰਲੇ ਰੋਲੇ ਤਾਂ ਨਹੀਂ ਸੀ ਹੋਏ ਸੋ ਕਿ ਸਦੀ ਸਮਾਵਾਰੀ ਫਿਕਸ ਕਰ ਲੋ ਲੋਕ ਭਰੋਸਾ ਕਰਨ ਲੱਗ ਜਾਣਾ ਜਿਸ ਨੂੰ ਟੰਗ ਟੰਗ ਲਾਓ ਵੈਸੇ ਉਹ ਬੈਂਕਸਟਰ ਵਾਲੀ ਇੰਟਰਵਿਊ ਦੇ ਮਾਮਲੇ ਚ ਤਾ ਦੇ ਅਜੇ ਕਿਸੇ ਨੇ ਕੁਝ ਨਹੀਂ ਕਿਹਾ ਇੱਥੇ ਵੀ ਕੀ ਕਹਿਣਾ ਪਰ ਇੱਕ ਹੋਰ ਸਵਾਲ ਪਤਾ ਨਹੀਂ ਕਿਉਂ ਅਸੀਂ ਸਵਾਲ ਹੀ ਕਰਨੇ ਹੋਰ ਕਰਨੇ ਕੀ ਹੈ ਮਾਨ ਸਰ ਹੋਰ ਕੋਈ ਜਾਣੇ ਨਾ ਜਾਣੇ ਤੁਸੀਂ ਸੋਸ਼ਲ ਮੀਡੀਆ ਦੇ ਸਟਾਰ ਮੁੱਖ ਮੰਤਰੀ ਮੈਂ ਤੁਹਾਨੂੰ ਸੈਕੰਡਰੀ ਰੱਖੂੰਗਾ ਪਹਿਲਾਂ ਤੁਸੀਂ ਸਟਾਰ ਹੋ ਔਰ ਉਹ ਵੀ ਸੋਸ਼ਲ ਮੀਡੀਆ ਦੇ ਟੋਡੀਆਂ ਸਾਰੀਆਂ ਰੈਲੀਆਂ ਸਪੀਚਸ ਉੱਥੋਂ ਹੀ ਅੱਗੇ ਉੱਪਰ ਦੀਆਂ ਸੀ ਤੁਸੀਂ ਕਹਿੰਦੇ ਰਹੇ ਸਾਨੂੰ ਕਿਹੜਾ ਕੋਈ ਇਲੈਕਟ੍ਰੋਨਿਕ মিডিਆ ਚਲਾਉਂਦਾ ਹੈ ਕੋਈ ਕਿਸੇ ਦਾ ਕੋਈ ਕਿਸੇ ਦਾ ਇੱਕ ਸਵਾਲ ਹੈ ਪ੍ਰਧਾਨ ਮੰਤਰੀ ਬਾਜੇ ਕੇ ਜਿਹਨੂੰ ਦੇਸ਼ ਦਾ মিডিਆ ਚਲਾ ਰਿਹਾ ਉਹ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬੜਿਆ ਗਿਆ ਪ੍ਰਧਾਨ ਮੰਤਰੀ ਬਾਜੇ ਕੇ ਤੇ ਐਨ ਐਸਏ ਲਾ ਕੇ ਤੁਸੀਂ ਖੁਦ ਵਿਅੰਗ ਦਾ ਪਾਤਰ ਬਣ ਰਹੇ ਹੋ ਚਲੋ ਕੋਈ ਨਹੀਂ ਜਾਣਦੀਆਂ ਏਜੰਸੀਆਂ ਕੇਂਦਰ ਵਾਲੇ ਨਹੀਂ ਜਾਣਦੇ ਦਿੱਲੀ ਵਾਲੇ ਨਹੀਂ ਜਾਣਦੇ ਕੋਈ ਵੀ ਨਹੀਂ ਜਾਣਦਾ ਉਹ ਸਾਡੇ ਪੁਲਿਸ ਅਫਸਰ ਤੇ ਸਾਰੇ ਹੀ ਜਾਣਦੇ ਆ ਸਾਰਾ ਦਿਨ ਨਾਕਿਆਂ ਤੇ ਬੈਠੇ ਵੀ ਇਹਨਾਂ ਨੂੰ ਹੀ ਸੁਣਦੇ ਰਹਿੰਦੇ ਜਿਹੜੇ ਬੰਦੇ ਜਿਨ੍ਹਾਂ ਨੂੰ ਹਵਾ ਖਵਾ ਖਵਾ ਪੰਪ ਮਾਰ ਮਾਰ ਕੇ ਬਟਰਿੰਗ ਕਰ ਕਰਕੇ ਉਸ ਮਾਨਤੇ ਹੀ ਆਪੇ ਚੜਾ ਲਿਆ ਦਸੋ ਉਹ ਕਿਸੇ ਲਿਹਾਜ਼ ਨਾਲ ਵੀ ਦੇਸ਼ ਦੇ ਖਿਲਾਫ ਜੰਗ ਛੇੜਨ ਵਾਲੇ ਹੈਗੇ ਉਹ ਇੱਕ ਟੀਕਾ ਟੋਕਾ ਲਾ ਕੇ ਚਾਰ ਗੋਲੀਆਂ ਖਾ ਕੇ ਰੋਲੇ ਰੱਪੇ ਪਾ ਕੇ ਜਿਹੜਾ ਜਿੱਦਰ ਨੂੰ ਤੋੜ ਕੇ ਲੈ ਗਿਆ ਕਿੰਨਾ ਬੱਚਾ ਇਹੋ ਜਿਹਾ ਪੰਜਾਬ ਚ ਬੈਠਾ ਇਹਦੇ ਤੇ ਥੋੜਾ ਜਿਹਾ ਗੌਰ ਕਰੋ ਹਾਸੇ ਦਾ ਮਜ਼ਾਕ ਦੇ ਪਾਤਰ ਨਾ ਬਲੋ ਨਾ ਸਾਨੂੰ ਬਣਾਓ ਆ ਹੁਣ ਖੈਰਾ ਸਾਹਿਬ ਨੇ ਕਿਹੜਾ ਸੱਪ ਕੱਢਤਾ ਵੈਸੇ ਇਹਨਾਂ ਦੀ ਆਪਸ ਵਿੱਚ ਕਦੇ ਨਹੀਂ ਬਣੀ ਆਮ ਆਦਮੀ ਪਾਰਟੀ ਦਾ ਹੀ ਕਦੇ ਐਲੋਪੀ ਸੀ ਅੱਜ ਕੱਲ ਇਹਨਾਂ ਦਾ 36 ਦਾ ਅੰਕੜਾ ਮੈਨੂੰ ਲੱਗਦਾ ਵਿਧਾਨ ਸਭਾ ਦੇ ਵਿੱਚ ਜਿਹੜੀ ਬੈਂਸ ਨਾਲ ਪੰਗੇਬਾਜ਼ੀ ਹੋਈ ਨਾ ਤੂੰ ਤੜਕ ਵਾਲੀ ਮੈਂਸ ਵੀ ਕਹਿੰਦੇ ਸੀ ਮੈਂ ਪਰਚਾ ਕਰਾਉਣਾ ਆਪਾਂ ਐਫ ਆਈ ਆਰ ਕਰਾਉਨੇ ਆ ਮੈਨੂੰ ਲੱਗਦਾ ਬੈਂਸ ਦਾ ਦਿੱਲੀ ਮਾਡਲ ਫੇਲ ਕਰਨ ਲਈ ਸੁਖਪਾਲ ਖੈਰਾ ਨੇ ਨਵਾਂ ਸੁਆਂਗਰਾ ਚਤਾ ਹੁਣ ਜਿਹੜਾ ਬਟਾਲੇ ਦਾ ਐਮਐਲਏ ਅਮਨ ਸ਼ੇਰ ਸਿੰਘ ਕਲ ਸੀ ਸ਼ਹਿਰੀ ਕਲ ਸੀ ਉਹ ਪੇਪਰ ਦੇਣ ਦਾ ਅਚੋ ਲੋਡ ਕੀ ਸੀ ਪੇਪਰ ਦੇਣ ਦੀ ਵੈਸੇ ਇਹ ਮਾਮਲਾ ਬਣਿਆ ਕਿ ਹਮੀਰ ਸਿੰਘ ਦੀ ਹੈ ਤਾਂ ਚੱਗੋ 13ਵੀਂ ਕੋਈ ਘਰ ਦਾ ਭੇਤੀ ਲੱਗਦਾ ਐਮਐਲਏ ਦਾ ਕੋਈ ਬਹੁਤਾ ਸਗਾ ਜਿਹਨੂੰ ਪਤਾ ਸੀ ਕਿ ਐਮਐਲਏ ਸਾਹਿਬ ਤਾਂ ਚੰਡੀਗੜ੍ਹ ਫਿਰਦੇ ਜਿਵੇਂ ਖੈਰਾ ਕਹਰੇ ਚਲੋ ਗੱਲ ਤੋਰੋ ਪੜ ਜੀ ਵੈਸੇ ਮੈਨੂੰ ਲੱਗਦਾ ਕਿ ਐਮਐਲਏ ਸਾਹਿਬ ਹੋਰ ਤਰ੍ਹਾਂ ਅਣਜਾਣ ਨੇ ਆ ਜੇ ਪਾਰਟੀ ਵੀ ਅਣਜਾਣ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾਰਮਲੀ ਜੇ ਪੇਪਰ ਦੇਣੇ ਹੁੰਦੇ ਨਾ ਜਿਹੜੇ ਜਾਲੀ ਇਹੋ ਜਿਹੇ ਬਥੇਰੇ ਕੰਮ ਕਰਦੇ ਨੇ ਉਹ ਇਲਾਕਾ ਬਦਲ ਲੈਂਦੇ ਨੇ ਕਿਦਣਾ ਕਿਧਰੇ ਹੋਰ ਚਲੇ ਜਾਂਦੇ ਨੇ ਜਿੱਥੇ ਪਛਾਣ ਤੋਂ ਨਾ ਹੋਵੇ ਇਹ ਗੱਲ ਸੱਚਾਈ ਹੈ ਅਜੇ ਦਾ ਖੈਰਾ ਉਹਨਾਂ ਨੇ ਉਹਨਾਂ ਦੇ ਰੋਲ ਨੰਬਰ ਵੀ ਪੜ ਕੇ ਸੁਣਾਏ ਨੇ ਤੇ ਦੋਨਾਂ ਦੇ ਪਤੀ ਪਤਨੀ ਦੇ ਰੋਲ ਨੰਬਰ ਪੜ ਕੇ ਸੁਣਾਏ ਨੇ ਕਿ ਦੋਨੋਂ ਇਕੱਠੇ ਹੀ ਦੇ ਰਹੇ ਨੇ ਮਤਲਬ ਪੇਪਰ ਇੱਕੋ ਹੀ ਉਹਦੇ ਚ ਦੇ ਰਹੇ ਨੇ ਜਿਹੜੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਤੇ ਇਹ ਜਿਹੜਾ ਮਾਮਲਾ ਹੈ ਅਸਲ ਦੇ ਵਿੱਚ ਇਹ اخਲਾਕ ਦਾ ਮਾਮਲਾ ਹੈ ਇੱਕ ਕੱਟੜ ਇਮਾਨਦਾਰ ਸਰਕਾਰ ਨੂੰ ਇਹ ਤੇ ਸੋਚਣਾ ਪਏਗਾ ਇਮਾਨਦਾਰੀ ਤੇ ਬੇਈਮਾਨੀ ਕੱਲੀ ਪੈਸੇ ਦੇ ਲੈਣ ਦੇਣ 'ਚ ਨਹੀਂ ਹੁੰਦੀ ਇਹ ਜਿਹੜੀ ਵਿੱਦਕ ਮਾਮਲੇ 'ਚ ਤੇ ਬੁੱਧਕ ਮਾਮਲੇ ਦੀ ਬੇਈਮਾਨੀ ਹੈ ਉਹ ਤੋਂ ਬਹੁਤ ਖਤਰਨਾਕ ਹੈ ਦੂਜੀ ਕਿਸੇ ਵੀ ਚੀਜ਼ ਦੇ ਮੁਕਾਬਲੇ ਮਾਨਕ ਗੋਇਲ ਉਹ ਰੋਲ ਨੰਬਰ ਵੀ ਭੇਜ ਰਹੇ ਆ ਸਾਰੇ ਪਾਸੇ ਹੁਣ ਤਾਂ ਇਹ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਸਾਰੇ ਸੋਸ਼ਲ ਮੀਡੀਆ ਤੇ ਹੋ ਗਿਆ ਬਸੇ ਆ ਨੰਬਰ ਨੰਬਰ ਦੋਨੇ ਮੇਰੇ ਕੋਲ ਲਿਖੇ ਹੋਏ ਨੇ ਆਲਰੇਡੀ ਦੋਨਾਂ ਦੇ ਰੋਲ ਨੰਬਰ ਲਿਖੇ ਹੋਏ ਨੇ ਕਿ ਆ ਨੰਬਰ ਨੇ ਜੀ ਤੁਹਾਡੇ ਆਪਾਂ ਅੱਗੇ ਵੱਧ ਜਾਣੇ ਉਤੋਂ ਕੀ ਲੈਣਾ ਮੇਰੇ ਨਾਲ ਲੱਗਦਾ ਬਟਾਲਾ ਵਾ ਆਪਾਂ ਆਪਣੇ ਸ਼ਹਿਰਾਂ ਨੂੰ ਸ਼ਿਵ ਦੇ ਸ਼ਹਿਰ ਨੂੰ ਆਪਾਂ ਉਹਦੀ ਬਦਨਾਮੀ ਨਹੀਂ ਕਰਨੀ ਸਦਾ ਹਮੀਰ ਸਿੰਘ ਜੀ ਰਾਹੁਲ ਗਾਂਧੀ ਨਾਲ ਜੱਗੋਂ ਤੇਰਵੀ ਹੋਗੀ ਬੰਦੇ ਨੇ ਪ੍ਰਧਾਨ ਮੰਤਰੀ ਬਣ ਲਈ ਮੈਨੂੰ ਲੱਗਦਾ ਚਿਕਨ ਸਵਾਉਣ ਦਾ ਪ੍ਰਬੰਧ ਕੀਤਾ ਪਿਆ ਸੀਗਾ ਭਾਰਤ ਜੋੜੋ ਯਾਤਰਾ ਤੋਂ ਬਾਅਦ ਇਹਨਾਂ ਨੇ ਲੋਕ ਸਭਾ ਤੋਂ ਹੀ ਬਾਹਰ ਕੱਢ ਮਾਰਿਆ ਦੇਸਕੁਆਲੀ ভাই ਕਰਤਾ ਹੁਣ ਕੀ ਹੋਊਗਾ ਅਗਲੀ ਕੋਰਟ ਸਟੇ ਲਾ ਦੋਗੀ ਫਿਰ ਵੀ ਕੀ ਹੋਊਗਾ ਫਿਰ ਕੀ ਕੋਰਟ ਚ ਜਾਣਾ ਪਊਗਾ ਕਿ ਉਹਦੀ ਮੈਮਰੀ ਬਹਾਲ ਕਰੋ ਜੇ ਤੁਹਾਨੂੰ ਅਯੋਗ ਠਰਾਤਾ ਗਿਆ ਪਰ ਸਰਦਾਰ ਹਮੀਰ ਸਿੰਘ ਜੀ ਹੁਣ ਰਾਹੁਲ ਗਾਂਧੀ ਦਾ ਹੋਊਗਾ ਕੀ ਰਾਹੁਲ ਬਾਬਾ ਕਿਧਰ ਜਾਏਗੇ ਅਸਲ ਚ ਥੋੜਾ ਜਿਹਾ ਕੇਸ ਸਾਝਾ ਕਰ ਲਈ ਐ ਆਪਾਂ ਪਹਿਲਾਂ ਕਿ ਰਾਹੁਲ ਗਾਂਧੀ ਨੇ 2019 ਦੇ ਵਿੱਚ ਕੇਰਲਾ ਦੇ ਵਿੱਚ ਇੱਕ ਭਾਸ਼ਣ ਦੌਰਾਨ ਕਹਿ ਦਿੱਤਾ ਸੀਗਾ ਕਈ ਨਾਮ ਲੈ ਕੇ ਕਈ ਮੋਦੀ ਜਿਹੜੇ ਉਹਦੇ ਉਹਦੇ ਵਾਲੇ ਨਾਮ ਨੇ ਉਪਨਾਮ ਵਾਲੇ ਉਹ ਲੈ ਕੇ ਚਾਹੇ ਨੀਰਵ ਮੋਦੀ ਚਾਹੇ ਬਾਕੀ ਮੋਦੀ ਕੰਿਆਂ ਦਾ ਨਾਮ ਲੈ ਕੇ ਸਮੇਤ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਵੀ ਜਿਹੜੇ ਸਾਰੇ ਫਰਾਡ ਕਰਦੇ ਨੇ ਉਹਨਾਂ ਦੇ ਮਗਰ ਮੋਦੀ ਹੀ ਕਿਉਂ ਲੱਗਦਾ ਹੈ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਦਿੱਤਾ ਤਾਂ ਇੱਕ ਹੋਰ ਐਮਐਲਏ ਗੁਜਰਾਤ ਤੋਂ ਮੋਦੀ ਨੇ ਉਹਨਾਂ ਨੇ ਸੂਰਤ ਦੇ ਵਿੱਚ ਇੱਕ ਮਤਲਬ ਥਾਣੇ ਚ ਪਰਚਾ ਦਰਜ ਕਰਾਤਾ ਸੂਰਤ ਦੀ ਅਦਾਲਤ ਦੇ ਵਿੱਚ ਕੇਸ ਚੱਲ ਪਿਆ ਸੂਰਤ ਦੀ ਉਸ ਅਦਾਲਤ ਨੇ ਜਿਹੜਾ ਮਾਨਹਾਨੀ ਦੇ ਮਾਮਲੇ ਚ ਡੈਫੇਮੇਸ਼ਨ ਦੇ ਉਸ ਮਾਮਲੇ ਦੇ ਵਿੱਚ ਕਿ ਕਮਿਊਨਿਟੀ ਦੀ ਉਹ ਜਿਹੜੀ ਮਾਨਹਾਨੀ ਹੋਈ ਆ ਇਹ ਜੀ ਇੰਡੀਵਿਜੂਅਲ ਦੀ ਬਜਾਏ ਤੁਸੀਂ ਐ ਨਹੀਂ ਕਰ ਸਕਦੇ ਉਹਦੇ ਚ 2 ਸਾਲ ਦੀ ਸਜ਼ਾ ਸੁਣਾਤੀ 23 ਮਾਰਚ ਨੂੰ ਹੀ ਆ ਜੀ ਪਰ ਕੋਰਟ ਨੇ ਨਾਲ ਦੀ ਨਾਲ ਇਹ ਵੀ ਕਰਤਾ ਜ਼ਮਾਨਤ ਵੀ ਦੇਤੀ ਤੇ ਨਾਲ ਉੱਪਰਲੀ ਅਦਾਲਤ ਚ ਕੇਸ ਕਰਨ ਤੱਕ ਉਹ ਸਸਪੈਂਡ ਵੀ ਕਰਤੀ ਸਜ਼ਾ ਜਦੋਂ ਤੱਕ ਉੱਪਰਲੀ ਅਦਾਲਤ ਦੇ ਵਿੱਚ ਉਹ ਜਾਂਦਾ 1 ਮਹੀਨੇ ਦਾ ਸਮਾਂ ਮਿਲਿਆ ਹੋਇਆ ਪਰ ਕਿਉਂਕਿ ਸਾਡਾ ਜਿਹੜਾ ਇੱਕ ਸਿਸਟਮ ਹੈ ਸਪੀਕਰ ਸਾਹਿਬ ਕਈ ਵਾਰ ਵਕ ਵਕ 5-5 ਸਾਲ ਵੀ ਲਗਾ ਦਿੰਦੇ ਨੇ ਕਿਸੇ ਦੀ ਐਪਲੀਕੇਸ਼ਨ ਆਪਾਂ ਪੰਜਾਬ 'ਚ ਇਹ ਵੀ ਦੱਸਿਆ ਜੀ ਪਿਛਲੇ ਸਮਿਆਂ ਦੇ ਵਿੱਚ ਕਿ ਜਿਨ੍ਹਾਂ ਨੇ ਆਪ ਪਾਰਟੀਆਂ ਸੱਢ ਕੇ ਨਾ ਉਹਨਾਂ ਨੂੰ ਦੇ ਰੱਖਿਆ ਸੀ ਅਸਤੀਫਾ ਐਮ ਐਲ ਏ شپ ਤੋਂ ਉਹ ਵੀ ਚੱਲ ਗਏ ਪੂਰੇ ਦਾ ਪੂਰਾ ਕਰ ਗਏ ਸੀ ਟਿਨਿਓਰ ਮਤਲਬ ਉਹ ਸਪੀਕਰ ਤੇ ਡਿਪੈਂਡ ਕਰਦਾ ਹੈ ਤੇ ਪਰ ਕਿਉਂਕਿ ਬੀ ਜੀ ਪੀ ਨਾਲ ਟਕਰਾਅ ਵੀ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਲੰਡਨ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਸਪੀਚ ਕਰਕੇ ਸੱਤਾਧਾਰੀ ਤਰਨੇ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਉਧਰ ਇਹ ਅਡਾਨੀ ਦੇ ਮੁੱਦੇ ਨੂੰ ਲੈ ਕੇ ਕਹਿ ਰਹੇ ਸੀ ਕਿ ਇਹਦੇ ਤੇ ਕਰਵਾਓ ਜਾਂਚ ਮਤਲਬ ਡਿਬੇਟ ਸਦਨ ਦੇ ਵਿੱਚ ਉਹ ਟਕਰਾਅ ਚੱਲ ਰਿਹਾ ਸੀ ਰਾਹੁਲ ਗਾਂਧੀ ਬਾਰ-ਬਾਰ ਸਪੀਕਰ ਨੂੰ ਮਿਲ ਕੇ ਕਹਿ ਚੁੱਕੇ ਸੀ ਕਿ ਮੈਨੂੰ ਬੋਲਣ ਦਾ ਮੌਕਾ ਦਿਓ ਜਿਹੜਾ ਮੇਰੇ ਤੇ ਅਲੀਕਾ ਬੋਲਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਅੱਜ ਉਹਨਾਂ ਨੂੰ ਜਾਣ ਦਾ ਮੌਕਾ ਪਾਰਲੀਮੈਂਟ 'ਚ ਜ਼ਰੂਰ ਮਿਲਿਆ ਸੀ ਥੋੜਾ ਜਿਹਾ ਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਸਾਰਾ 24 ਤਰੀਕ ਨੂੰ ਹੀ ਉਹਨਾਂ ਦਾ ਇਹ ਨੋਟੀਫਿਕੇਸ਼ਨ ਹੋ ਜਾਏਗਾ ਕਿ ਤੁਹਾਡੀ ਮੈਂਬਰੀ ਅੱਜ ਤੋਂ ਖਾਰਜ ਹੈ ਤੁਰੰਤ ਪ੍ਰਭਾਵ ਦੇ ਨਾਲ ਮੈਂਬਰੀ ਜਿਹੜੀ ਖਾਰਜ ਕਰ ਦਿੱਤੀ ਗਈ ਹੈ ਔਰ ਇਹ ਬਿਲਕੁਲ ਉਹ ਵਾਜਿਬ ਗੱਲ ਹੈ ਕਿ ਜਦੋਂ ਕੋਰਟਾਂ ਦੇ ਵਿੱਚ ਵੱਖ-ਵੱਖ ਲੋਕ ਇਹ ਕਹਿ ਰਹੇ ਸੀ ਕਿ ਅਪਰਾਧੀ ਜਿਹੜੇ ਨੇ ਸਜ਼ਾ ਜਾਪਤਾ ਜਿਹੜੇ ਲੋਕ ਨੇ ਘਟੋ-ਘਟ ਉਹ ਵਿਧਾਨ ਸਭਾਵਾਂ ਤੇ ਪਾਰਲੀਮੈਂਟ ਦੇ ਵਿੱਚ ਨਹੀਂ ਜਾਣੇ ਚਾਹੀਦੇ ਉਹਨਾਂ ਤੇ ਕੋਈ ਰੋਕ ਲੱਗਣੀ ਚਾਹੀਦੀ ਹੈ ਉਦੋਂ ਇੱਕ ਆਰਡੀਨੈਂਸ ਜਾਰੀ ਕੀਤਾ ਸੀ ਡਾਕਟਰ ਮਰਬੋੜ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਤੇ ਪ੍ਰੈਸ ਕਲੱਬ ਆਫ ਇੰਡੀਆ 'ਚ ਰਾਹੁਲ ਗਾਂਧੀ ਨੇ 파ੜਿਆ ਸੀ ਉਹ ਉਸ ਨੋ ਵੀ ਇਹ ਨਹੀਂ ਚੱਲੂਗਾ ਤੇ ਇਸ ਤਰੀਕੇ ਦਾ ਉਦੋਂ ਬਹੁਤ ਜ਼ਿਆਦਾ ਇਹ ਵੀ ਲੱਗਿਆ ਸੀ ਕਿ ਅਨਾੜੀਪਨ ਕੀਤਾ ਡਾਕਟਰ ਬਨਮੋਹਰ ਸਿੰਘ ਦੀ ਬੇਇੱਜ਼ਤੀ ਕੀਤੀ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਸੀ ਜਾਂ ਪਾਰਟੀ ਦੇ ਵਿੱਚ ਰੌਲਾ ਵੀ ਪਿਆ ਸੀ ਹੁਣ ਉਸੇ ਦਾ ਸ਼ਿਕਾਰ ਜਿਹੜੇ ਨੇ ਲਗਾਤਾਰ ਰਾਹੁਲ ਗਾਂਧੀ ਬਣ ਗਏ ਨੇ ਕਿਉਂਕਿ ਸਪੀਕਰ ਦੀ ਡਿਸਕ੍ਰੈਸ਼ਨਰੀ ਥੀ ਔਰ ਉਹ ਜਿਹੜਾ ਕੇਸ ਜਿਹੜਾ ਅਸਲ 'ਚ ਬਨਮੋਹਰ ਸਿੰਘ ਉਹਨਾਂ ਨੇ ਕੀਤਾ ਸੀਗਾ ਉਹ ਉਹ ਵੀ ਉਹ ਕੇਸ ਦੇ ਵਿੱਚ ਜਿਹੜਾ ਕੋਰਟ ਦਾ ਕੇਸ ਸੀ ਉਸ ਨੂੰ ਧਿਆਨ ਦੇ ਵਿੱਚ ਹੀ ਰੱਖ ਕੇ ਕੀਤਾ ਸੀਗਾ ਡਾਕਟਰ ਬਨਮੋਹਦ ਸਿੰਘ ਉਹਣਾ ਨੇ ਵੀ ਅਪਰਾਧੀਆਂ ਦੇ ਦਾਖਲੇ ਤੇ ਰੋਕ ਨਹੀਂ ਔਰ ਹੁਣ ਸਵਾਲ ਇਹ ਪੈਦਾ ਹੋ ਗਿਆ ਸਾਡੇ ਸਾਹਮਣੇ ਕਿ ਵਿਰੋਧੀ ਧਿਰਾਂ ਜਾਂ ਬਾਕੀ ਕਿਵੇਂ ਲੈਂਦੇ ਨੇ ਬਾਕੀ ਛੱਡੋ ਜਿਹੜੇ ਕਾਂਗਰਸ ਦੇ ਕੱਟੜ ਵਿਰੋਧ ਵਾਲੇ ਸਭ ਤੋਂ ਉੱਤਰਾ ਨੇ ਅਕਾਲੀ ਦਲ ਤਾਂ 84 ਤੋਂ ਬਾਅਦ ਕਾਂਗਰਸ ਦਾ ਸਭ ਤੋਂ ਦੁਸ਼ਮਣੀ ਵਾਲਾ ਇੱਕ ਰਵਈਆ ਜੇਕਰ ਕੋ ਅਕਾਲੀ ਦਲ ਤੇ ਕਾਂਗਰਸ ਦਾ ਤੇ ਡਾਕਟਰ ਤਲਜੀਤ ਦਲਜੀਤ ਜੇ ਮਾਨੇ ਵੀ ਅਕਾਲੀ ਦਲ ਨੇ ਵੀ तमाम ਬਾਕੀ ਆਪੋਜੀਸ਼ਨ ਨੇ ਵੀ ਇਹ ਜ਼ਰੂਰ ਕਿਹਾ ਕਿ ਇਹ ਡੈਮੋਕ੍ਰੇਸੀ ਦਾ ਕਤਲ ਹੈ ਇੱਕ ਟਾਈਪ ਦਾ ਚਾਹੇ ਸਾਡੇ ਬਿਲਕੁਲ ਨਹੀਂ ਬਣਦੀ ਪਰ ਐ ਨਹੀਂ ਹੁੰਦਾ ਕਿ ਦੂਜੇ ਦਿਨੇ ਉਹਨੂੰ ਦੇ ਦੋ ਟਾਈਮ ਜਿਹੜਾ ਕੋਰਟ ਨੇ ਦਿੱਤਾ ਮਹੀਨੇ ਲਈ ਤੇ ਮਹੀਨੇ ਲਈ ਉਹ ਕੋਰਟ ਵੀ ਨਹੀਂ ਸਟੇ ਕਰੂਗੀ ਉਦੋਂ ਬਾਅਦ ਤੁਸੀਂ ਕਰ ਲਿਓ ਜੋ ਕਰਨਾ ਹੈ ਔਰ ਵੱਖ-ਵੱਖ ਪਾਰਲੀਮੈਂਟ ਦੇ ਵੀ ਤੇ ਵੱਖ-ਵੱਖ ਜਗ੍ਹਾ ਤੇ ਵੀ ਔਰ ਤੁਹਾਡੇ ਯਾਦ ਹੋਣਾ ਹੈ ਕਿ ਜਦੋਂ ਮਤਲਬ ਲੇਬੜਾ ਸਾਹਿਬ ਨੇ ਸੁਖਦੇਵ ਸਿੰਘ ਲੇਬੜਾ ਨੇ ਐਬਸੈਂਟ ਰਹੇ ਸੀ ਪਰਮਾਣੂ ਸੰਧੀ ਦੇ ਸਵਾਲ ਦੇ ਉੱਤੇ ਡਾਕਟਰ ਬਨਮੋਹ ਸਿੰਘ ਦੀ ਸਰਕਾਰ ਨੂੰ ਬਹੁਮਤ ਸਾਬਤ ਕਰਨ ਲਈ ਕਹਿ ਦਿੱਤਾ ਗਿਆ ਸੀ ਕਮਿਊਨਿਸਟਾਂ ਨੇ ਬਾਦ ਵੈਦਰਾ ਕਰ ਲਈ ਸੀ ਆਪਣੀ ਸਪੋਰਟ ਤਾਂ ਇਹਨਾਂ ਨੇ ਵੀ ਸਪੀਕਰ ਨੂੰ ਕਿਹਾ ਸੀ ਕਿ ਇਹਨਾਂ ਦਾ ਉਹ ਰੱਦ ਕਰ ਦਿਓ ਮੈਂਬਰੀ ਤਾਂ ਉਹਨਾਂ ਦੀ ਮੈਂਬਰੀ ਰੱਦ ਨਹੀਂ ਕੀਤੀ ਸੀ ਲੰਮਾ ਸਮਾਂ ਚੱਲਦਾ ਰਿਹਾ ਇਹਦਾ ਮਤਲਬ ਇਹ ਹੈ ਜਿਹੜੀ ਗੱਲ ਸੂਟ ਕਰਦੀ ਹੈ ਮੈਨੂੰ ਉਹ ਮੈਂ ਲਮਕਾ ਦਿੰਦਾ ਤੇ ਜਿਹੜੀ ਨਹੀਂ ਕਰਦੀ ਉਹਦੇ ਤੇ ਤੁਰੰਤ ਫੈਸਲਾ ਜਾਂਦਾ ਇੱਕੋ ਤਰੀਕੇ ਦਾ ਫੈਸਲਾ ਲਓ ਸਭ ਲਈ ਕੋਈ ਟਾਈਮ ਬਾਉਂਡ ਕਰ ਦੋ ਫਿਰ ਇਹ ਗੱਲ ਮੰਨੀ ਜਾਂਦੀ ਹੈ ਹਾਂ ਇਹ ਕਿਹਾ ਜਾਂਦਾ ਕਿ ਰਾਹੁਲ ਗਾਂਧੀ ਦੀ ਇਹ ਮੈਂਬਰੀ ਤਾਂ ਹਾਲੇ ਚਲੀ ਹੋ ਗਈ ਤੇ 6 ਸਾਲ ਲਈ ਫਿਰ ਚਲੀ ਗਈ ਤੇ ਮੀਨ ਜੇ 24 ਦੇ ਇਲੈਕਸ਼ਨ ਵੀ ਹੁਣ ਨਹੀਂ ਲੜ ਸਕਣਗੇ ਜੇ ਇਤੋ ਬਾਦ ਸੁਭਾਵਿਕ ਹੈ ਉਹਨਾਂ ਨੇ ਕੋਰਟ ਚ ਜਾਣਾ ਕੋਰਟ ਸਟੇ ਨਹੀਂ ਕਰਦੀਏ ਸਾਰੇ ਮਾਮਲੇ ਨੂੰ ਕਿਉਂਕਿ ਲੋਕ ਪ੍ਰਤੀਨਿਧਤਾ ਕਾਨੂੰਨ ਦੇ ਤਹਿਤ ਹੀ ਸਪੀਕਰ ਸਾਹਿਬ ਆਪਣਾ ਰਾਈਟ ਇਸਤੇਮਾਲ ਕਰ ਰਹੇ ਨੇ ਜੇ ਦੇ ਚ ਉਹਨਾਂ ਨੂੰ ਇੰਟੈਂਸ਼ਨ ਇਸ ਲੈਵਲ ਦੀ ਲੱਗੇ ਜਾਂ ਉਹਨਾਂ ਨੂੰ ਲੱਗੇ ਕਿ ਕਾਨੂੰਨ ਦੇ ਮਾਈਂਡ ਅਪਲਾਈ ਨਹੀਂ ਕੀਤਾ ਗਿਆ ਜਾਂ ਬਾਕੀ ਚੀਜ਼ਾਂ ਨਹੀਂ ਪਰ ਇਹਦੇ 'ਚ ਫੇਰ ਨਿਆ ਪਾਲਿਕਾ ਤੇ ਜਿਹੜੀ ਸਪੀਕਰ ਦੀ ਚੋਣ ਆ ਜਿਹੜੀ ਵਿਧਾਨਪਾਲਕ ਹੈ ਉਹਦੇ 'ਚ ਇੱਕ ਟਕਰਾਅ ਵਾਲਾ ਵੀ ਮੁੱਦਾ ਇਹ ਇੱਕ ਟਾਈਪ ਦਾ ਬਣ ਜਾਏਗਾ ਕਈ ਵਾਰ ਬਣਦਾ ਇਹ ਜਦੋਂ ਸਪੀਕਰਾਂ ਦੇ ਫੈਸਲੇ ਕੋਰਟਾਂ ਦੇ ਵਿੱਚ ਜਾਂਦੇ ਨੇ ਕਈ ਵਾਰ ਕੋਰਟਾਂ ਉਹ ਲੜਦੀਆਂ ਨੇ ਤਾਂ ਇੱਕ ਨਵੀਂ ਡਿਬੇਟ ਖੜੀ ਹੋ ਜਾਂਦੀ ਹੈ ਕੰਟਰੀ ਦੇ ਵਿੱਚ ਕਿ ਤੁਸੀਂ ਇਹਦੇ 'ਚ ਦਖਲ ਨਹੀਂ ਦੇ ਸਕਦੇ ਤੁਸੀਂ ਇਹਦੇ 'ਚ ਦਖਲ ਨਹੀਂ ਦੇ ਸਕਦੇ ਇਹਦੇ ਨਾਲ ਇੱਕ ਡਿਬੇਟ ਨਵੀਂ ਸ਼ੁਰੂ ਹੋਏਗੀ ਤੇ ਕਾਂਗਰਸ ਪਾਰਟੀ ਦਾ ਅੱਜ ਸ਼ਾਮ ਹੀ ਇੱਕ ਮੀਟਿੰਗ ਐਮਰਜੈਂਸੀ ਬੁਲਾਈ ਹੋਈ ਆ ਆਪਣੀ ਕਿ ਉਹ ਕੀ ਕਰਨਗੇ ਅੱਗੇ ਉਹਦੇ 'ਚ ਉਹ ਕੀ ਰਣਨੀਤੀ ਅਪਣਾਉਂਦੇ ਨੇ ਮਾਸ ਇੰਜਿਟੇਸ਼ਨ ਦੀ ਬਾਕੀ ਦੀ ਡੈਮੋਕ੍ਰੇਸੀ ਦੇ ਸਵਾਲ ਦੇ ਉੱਤੇ ਜਿਹੜੀਆਂ ਚੀਜ਼ਾਂ ਕਰਦੇ ਨੇ ਇਹ ਉਦੋਂ ਬਾਅਦ ਪਤਾ ਲੱਗਣਾ ਹੁਣ ਜਦੋਂ ਲੜਾਈ ਚੱਲ ਰਹੀ ਆ ਆਲਰੇਡੀ ਸਰਕਾਰ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਸਾਡੇ ਕਾਨੂੰਨ ਮੰਤਰੀ ਰੋਜ਼ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੇ ਆ ਜਿੱਤੇ ਮੁੜ ਕੇ ਸੁਪਰੀਮ ਕੋਰਟ ਵਾਲੇ ਪਾਸੇ ਉਵੇਂ ਹੀ ਹੁੰਦਾ ਰਹਿੰਦਾ ਐਸੀ ਸਥਿਤੀ ਦੇ ਵਿੱਚ ਸੁਪਰੀਮ ਕੋਰਟ ਰਾਹੁਲ ਗਾਂਧੀ ਨੂੰ ਰਾਹਤ ਦਿੰਦੀ ਆ ਕਿ ਨਹੀਂ ਜੇ ਆਖਰੀ ਮਰਹਲਾ ਸੁਪਰੀਮ ਕੋਰਟ ਆ ਤੇ ਦੂਜਾ ਮਾਮਲਾ ਇਹ ਵੀ ਬੜਾ ਅਹਿਮ ਆ ਕਿ ਜਦੋਂ ਨਰਸਮਹਾ ਰਾਓ ਦਾ ਦਾ ਲੱਗ ਗਿਆ ਸੀ ਇੱਕ ਵਾਰੀ ਜੇ ਸਿਚੁਏਸ਼ਨ ਬਿਲਕੁਲ ਵਪਰੀਤ ਚਲੇ ਜਾਣ ਉਲਟ ਫੇਰ ਹੋ ਜੇ ਕਿਤੇ ਖੜਗੇ ਸਾਹਿਬ ਇਤਿਹਾਸ ਵਿੱਚ ਨਾਂਤ ਨਹੀਂ ਤਰਜ ਕਰਾਉਣ ਵਾਲੇ ਵੀ ਸਾਰੀਆਂ ਪਾਰਟੀਆਂ ਹਾਲਾਂਕਿ 24 'ਚ ਉਮੀਦ ਤਾਂ ਕੋਈ ਨਹੀਂ ਮੋਦੀ ਸਾਹਿਬ ਦੁਬਾਰਾ ਆਨਲੀ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਨਹੀਂ ਤੇ ਵਿਰੋਧੀ ਪਾਰਟੀਆਂ ਖਿੰਡੀਆਂ ਹੋਈਆਂ ਨੇ ਪਰ ਜੇ ਜਦੋਂ ਅੱਜ ਸਾਰੀਆਂ ਇਕੱਠੀਆਂ ਹੋ ਗਈਆਂ ਪਾਰਟੀਆਂ 14 ਕਿ ਸਾਨੂੰ ਏਜੰਸੀਆਂ ਨਿਸ਼ਾਨਾ ਬਣਾ ਰਹੀਆਂ ਨੇ ਜੇਕਰ ਇਹ ਇਕੱਠ ਕਿਉਂਕਿ ਬਾਰਾਖੰਡਾ ਇਕੱਠ ਹੈ ਔਰ ਜੇ ਇਹ ਇਕੱਠ ਨਿਭ ਜਾਂਦਾ ਤੇ ਕਿਤੇ ਜਾ ਕੇ ਰਿਜ਼ਲਟ ਇਦਾਂ ਦੇ ਆ ਜਾਂਦੇ ਆ ਪੁੱਟ ਭੱਜ ਵਾਲੇ ਤੇ ਕੋਲੀਸ਼ਨ ਗਵਰਨਮੈਂਟ ਵਾਲੇ ਕਿਤੇ ਚਮਕੀ ਨਾ ਜਾਏ ਖੜ ਗਏ ਸਾਡੀ ਕਿਸਮਤ ਕੋਈ ਬੰਦਾ ਬਾਹਰੋਂ ਆ ਗਈ ਦੂਜਾ ਨਰਸਮਹਰਾ ਹੋ ਬਣ ਜੇ ਸੀਤਾਰਾਮ ਕੇਸਰੀ ਤਾਂ ਬਣੇ ਹੀ ਪਏ ਨੇ ਔਰ ਹੁਣ ਮੈਂ ਤੁਹਾਡੇ ਤੋਂ ਇਹ 14 ਪਾਰਟੀਆਂ ਜਦੋਂ ਸੁਪਰੀਮ ਕੋਰਟ ਚ ਗਈਆਂ ਹੁਣ ਸੁਪਰੀਮ ਕੋਰਟ ਸਰਕਾਰ ਤੇ ਖਿਲਾਫ ਏਜੰਸੀਆਂ ਤੇ ਖਿਲਾਫ ਕਿੰਨੀ ਕੁ ਸੁਹਿਰਦਤਾ ਨਾਲ ਇਸ ਕੇਸ ਨੂੰ ਅੱਗੇ ਵਧਾਓ ਕਿਉਂਕਿ ਜਿਹੜੇ ਉਹ ਅੰਕੜੇ ਦੇ ਰਿਹਾ ਉਹ ਅੰਕੜੇ 95% ਜਿਨ੍ਹਾਂ ਨੇ ਕੇਸ ਪੋਲੀਟੀਕਲੀ ਦਰਜ ਹੋਇਆ ਉਹ 95% ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਹੋਏ ਦੱਸੀ ਜਾ ਰਹੇ ਨੇ ਔਰ ਇਹੀ ਕੇਸ ਉਹ ਲੈ ਕੇ ਗਏ ਨੇ ਇਹਦੀ ਤੁਸੀਂ ਤਫਸੀਲ ਦੇਖੀਆ ਜ਼ਰਾ ਇਹਨੂੰ ਅੱਗੇ ਵਧਾ ਦਿਓ ਤਾਂ ਬਿਲਕੁਲ 14 ਪਾਰਟੀਆਂ ਗਈਆਂ ਨੇ ਐਦੋਂ ਪਹਿਲਾਂ 16 ਪਾਰਟੀਆਂ ਨੇ ਇੱਕ ਲਿਖਤੀ ਮੈਮੋਰੰਡਮ ਰਾਸ਼ਟਰਪਤੀ ਨੂੰ ਦਿੱਤਾ ਸੀ ਜੀ ਇੰਟਰਸਟਿੰਗ ਗੱਲ ਇਹ ਆ ਉਹ ਚ ਕਈ ਤਿੰਨ ਮੇਨ ਪਾਰਟੀਆਂ ਨਹੀਂ ਸੀਗੀਆਂ ਜਿਹੜੀਆਂ ਐਸਕੇ 14 ਚ ਆ ਗਈਆਂ ਜਿਹੜੀਆਂ ਮੇਜਰ ਪਾਰਟੀਆਂ ਨੇ ਟੀਐਮਸੀ ਵੀ ਉਹਦੇ ਵਿੱਚ ਇੱਕ ਇਹ ਆ ਤ੍ਰਿਨਮੂਲ ਕਾਂਗਰਸ ਮਮਤਾ ਬੇਨਰਜੀ ਦੀ ਉਹਦੇ ਚ ਤਲੰਗਾਨਾ ਵਾਲੀ ਜਿਹੜੀ ਪਹਿਲਾਂ ਤਲੰਗਾਨਾ ਰਾਸ਼ਟ੍ਰ ਸਭਾ ਸੀ ਤੇ ਹੁਣ ਉਹ ਭਾਰਤ ਰਾਸ਼ਟ੍ਰ ਸਭਾ ਬਣ ਗਈ ਨੈਸ਼ਨਲ ਪਾਰਟੀ ਦੇ ਐਂਗਲ ਤੋਂ ਜਿਹੜੀ ਚੇਕੇ ਚੰਦਰਸਖਰ ਰਾਓ ਵਾਲੀ ਕਿਉਂਕਿ ਉਹਦੀ ਬੇਟੀ ਵੀ ਸੱਦੀ ਹੋਈ ਆ ਬਾਰ ਬਾਰ ਆ ਦੂਜੀ ਵਾਰ ਸੱਦੀ ਆ ਪਹਿਲਾਂ ਇੱਕ ਵਾਰ ਚਲੇ ਗਏ ਸੀ ਈਡੀ ਤੇ ਸੀਬੀਆਈ ਦੋਨੋਂ ਆਮ ਆਦਮੀ ਪਾਰਟੀ ਵੀ ਇਹਦੇ ਵਿੱਚ ਸ਼ਾਮਲ ਆ ਆਮ ਆਦਮੀ ਪਾਰਟੀ ਦੇ ਵੀ ਚੱਲ ਹੀ ਰਿਹਾ ਹੈ ਉਹ ਸਾਰਾ ਮਾਮਲਾ ਮਨੀਸ਼ ਸੋਸੋਧਿਆ ਤੋਂ ਲੈ ਕੇ ਜੈਨ ਤੋਂ ਲੈ ਕੇ ਸਾਰਾ ਇੱਕ ਸਿਸਟਮ ਐਕਸਾਈਟ ਪਾਲਿਸੀ ਦੇ ਵਿੱਚ ਜਾ ਕੇ ਔਰ ਉਹ ਸਾਰੀਆਂ ਪਾਰਟੀਆਂ ਇਕਜੁੱਟ ਹੋ ਰਹੀਆਂ ਨੇ ਜਿਹੜੀਆਂ ਪਹਿਲਾਂ ਇਹ ਕਹਿੰਦੀਆਂ ਨੇ ਕਿ ਕਾਂਗਰਸ ਦੇ ਅਗਵਾਈ ਦੇ ਵਿੱਚ ਨਹੀਂ ਜੁਲਤੀ ਹੋ ਸਕਦੀ ਪਾਰਲੀਮੈਂਟ ਦੇ ਵਿੱਚ ਤੇ ਇਹਦੇ ਤੋਂ ਬਿਨਾਂ ਆਲਾ ਕੋਈ ਰਸਤਾ ਲੱਭੋ ਪਰ ਇਹ ਮਜਬੂਰੀ ਨੇ ਜਿਹੜਾ ਡਰ ਹੈ ਇੱਕ ਇਸ ਅਸਲ ਦੇ ਵਿੱਚ ਮੇਰਾ ਖਿਆਲ ਆ ਪਾਰਟੀਆਂ 'ਚ ਖੌਫ ਹੈ ਇੱਕ ਖੌਫ ਤਾਂ ਆ ਹੀ ਗਿਆ ਨਾ ਵੀ ਤੁਸੀਂ ਇੱਕ ਦੂਜੇ ਦੇ ਲੱਤਾਂ ਖਿੱਚੋਗੇ ਤੇ ਅੱਗੇ ਨੂੰ ਵੀ ਫਿਰ ਇਹੀ ਰਸਤਾ ਤੰਗ ਹੁੰਦੇ ਰਹੋ ਨਹੀਂ ਤਾਂ ਕਿਤੇ ਰਗਦੇ ਇਕੱਠੇ ਹੋ ਜੋ ਡਰ ਵੀ ਇਕੱਠੇ ਕਰ ਦਿੰਦਾ ਕਈ ਵਾਰ ਬਾਕੀ ਗੱਲਾਂ ਚਾਹੇ ਨਾ ਵੀ ਮਿਲਦੀਆਂ ਹੁਣ ਤੇ ਉਹ ਉਹ ਬਾਅਦ ਚ ਦੇਖ ਲਾਂਗੇ ਜਿਹੜੀਆਂ ਬਾਕੀ ਗੱਲਾਂ ਤੇ ਜਿਹੜਾ ਫੈਸਲੇ ਚ ਵੀ ਮੈਨੂੰ ਕਿੰਨੀ ਤਾਕਤ ਮਿਲਦੀ ਤੈਨੂੰ ਕਿੰਨੀ ਮੇਰੇ ਮੇਰਾ ਅਜੰਡਾ ਤੇਰਾ ਅਜੰਡਾ ਉਹ ਇੱਕ ਬਾਤ ਦੀ ਗੱਲ ਪਰ ਇਸ ਮਾਮਲੇ ਚ ਸੁਪਰੀਮ ਕੋਰਟ ਕੋਲ ਜਾਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਹਿਣਾ ਕਿ 100 ਜਿਹੜੇ ਵੱਡੇ ਪੰਦਰ ਦੇ ਉੱਤੇ ਲੀਡਰ ਨੇ ਜਿਹੜੇ ਮੰਨੇ ਪਰਮੰਨੇ ਲੀਡਰ ਨੇ ਕਹਿੰਦੇ ਨੇ 124 ਦੇ ਖਿਲਾਫ ਹੋਰੇ ਹੀ ਕਾਰਵਾਈਆਂ 114 ਵਿਰੋਧੀ ਧਿਰਦੇ ਨੇ ਉਹਨਾਂ ਦੇ ਵਿੱਚੋਂ ਤੇ ਹੁਣ ਐਡੀ ਵੱਡੀ ਪੱਧਰ ਤੇ ਔਰ ਤੇਜ਼ੀ ਵੀ ਉਹਨਾਂ ਦੇ ਖਿਲਾਫ ਹੀ ਆ ਕਹਿੰਦੇ ਨੇ ਜਿਹੜਾ ਸੱਤਾਧਾਰੀ ਤੇ ਦਵਾਲੇ ਪਾਸੇ ਚਲਾ ਜਾਂਦਾ ਪਾਲਾ ਬਦਲ ਲੈਂਦਾ ਉੱਥੇ ਉਹ ਪੌਸ ਆ ਜਾਂਦਾ ਮਤਲਬ ਰੁਕਾਵਟ ਆ ਜਾਂਦੀ ਹੈ ਕੇਸ ਉੱਥੇ ਥੰਮ ਜਾਂਦਾ ਹੈ ਉਹ ਅੱਗੇ ਨਹੀਂ ਚੱਲਦਾ ਉਹ ਉਸ ਤੋਂ ਬਾਅਦ ਤੇ ਜੇ ਕੋਈ ਸੀਬੀਆਈ ਦੀ ਇਨਕੁਆਰੀ ਚੋਂ ਨਿਕਲਣਾ ਚਾਹੇ ਅੱਗੇ ਈਡੀ ਰਿਮਾਂਡ ਮੰਗ ਲੈਂਦੀ ਹੈ ਈਡੀ ਚੋਂ ਨਿਕਲਣਾ ਚਾਹੇ ਸੀਬੀਆਈ ਮੰਗ ਲੈਂਦੀ ਹੈ ਇਹ ਜਿਹੜਾ ਇੱਕ ਜੁਗਨਬੰਦੀ ਏਜੰਸੀਆਂ ਦੀ ਵੀ ਹੈ ਨਾ ਕਿ ਸਾਰੀਆਂ ਏਜੰਸੀਆਂ ਨੂੰ ਨਾ ਦੇ ਪਿੱਛੇ ਇਹਦੇ ਤੋਂ ਤੰਗੀ ਸਾਰੀਆਂ ਨੂੰ ਨਜ਼ਰ ਨਾ ਆਉਂਦੀ ਹੈ ਉਹ ਚੋ ਰਾਸ਼ਟਰੀ ਜਨਤਾ 당 ਵੀ ਹੈ ਬਾਕੀ ਸਾਰੇ ਜਿਹੜੇ ਇਹ ਗਰੁੱਪ ਸ਼ਾਮਲ ਹੋ ਰਹੇ ਨੇ ਸੁਪਰੀਮ ਕੋਰਟ ਨੇ ਉਹਨੂੰ ਪ੍ਰਬੰਧਨ ਕਰ ਲਿਆ ਤੇ 5 April ਦੀ ਹੀアリング ਰੱਖੀ ਹੈ 5 April ਨੂੰ ਇਹ ਕੇਸ ਲੱਗਣਾ ਹੈ ਕਿਉਂ ਕੀ ਸੋਚਦੀ ਹੈ ਐਤੋਂ ਪਹਿਲਾਂ ਵੀ ਕੋਈ ਇਹ ਇੱਕ ਗੱਲ ਨਹੀਂ ਹੈ ਕਿ ਹੁਣੇ ਲੱਗਿਆ ਸੀਬੀਆਈ ਦੇ ਖਿਲਾਫ ਯੂਪੀਏ ਦੀ ਗਵਰਨਮੈਂਟ ਵਲੇ ਵੀ ਸੁਪਰੀਮ ਕੋਰਟ ਚ ਕੇਸ ਸੀ ਜਿਹਦੇ ਚੋਂ ਕਾਫੀ ਇੱਕ ਟਿੱਪਣੀ ਸਖਤ ਟਿੱਪਣੀ ਅਜੇ ਤੱਕ ਬੋਲੀ ਜਾਂਦੀ ਹੈ ਕਿ ਜਿਹੜੇ ਚਬਤ ਤੋਤਾ ਸੀਬੀਆਈ ਤਾਂ ਕੇਂਦਰ ਦੀ ਸਰਕਾਰ ਦੇ ਸਾਹਮਣੇ ਤੇ ਜੇਲ੍ਹ ਤੋਂ ਰਟਾਉਣਾ ਚਾਹੁੰਦੀ ਉਹ ਮੇ ਰੱਖ ਜਾਂਦੀ ਹੈ ਤੇ ਹੁਣ ਨਾਲ ਜੀਡੀ ਆ ਗਈ ਨਾਲ ਹੋਰ ਏਜੰਸੀਆਂ ਵੀ ਕਈ ਸ਼ਾਮਲ ਹੋ ਗਈਆਂ ਉਹ ਸਾਰੇ ਮਾਮਲੇ ਦੇ ਵਿੱਚ ਕੀ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਹੋਣਗੀਆਂ ਰੌਲਾ ਕਿਬਲੇ ਹੁੰਦਾ ਹੈ ਕੀ ਸੁਪਰੀਮ ਕੋਰਟ ਉਹਨਾਂ ਏਜੰਸੀਆਂ ਨੂੰ ਡਾਇਰੈਕਟਲੀ ਆਪਣੇ ਪ੍ਰਤੀ ਜਵਾਬਦੇਹ ਬਣਾ ਸਕਦੀ ਹੈ ਜਾਂ ਕੀ ਉਹਨਾਂ ਦੇ ਅਪੁਆਇੰਟਮੈਂਟ ਕਰਨ ਦੇ ਤਰੀਕੇ 'ਚ ਜਿਵੇਂ ਇਹ ਤੋਂ ਪਹਿਲਾਂ ਵੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਜਾਂ ਜਿਹੜੇ ਖਾਸ ਤੌਰ ਤੇ ਵਾਈਸ ਪ੍ਰੈਜ਼ੀਡੈਂਟ ਗੱਲ ਕਰਦੇ ਨੇ ਆਪਣੇ ਧਰਖੜ ਸਾਹਿਬ ਵਾਰ-ਵਾਰ ਕਿ ਸੁਪਰੀਮ ਕੋਰਟ ਨੂੰ ਇਹਨਾਂ ਗੱਲਾਂ 'ਚ ਦਖਲ ਨਹੀਂ ਦੇਣਾ ਚਾਹੀਦਾ ਉਹਦਾ ਕੋਈ ਗੱਲ ਨਹੀਂ ਬਣਦੀ ਇਹੋ ਜੀ ਪਾਰਲੀਮੈਂਟ ਸੁਪਰੀਮ ਹੈ ਪਾਰਲੀਮੈਂਟ ਜੋ ਕਰਦੀ ਹੈ ਆਪਣੇ ਤੇ ਇੱਕ ਨਾਲ ਕਰਨ ਦੇਣਾ ਚਾਹੀਦਾ ਇਹ ਟਕਰਾਅ ਜੁਡੀਸ਼ਰੀ ਤੇ ਪਾਰਲੀਮੈਂਟ 'ਚ ਕਲੇਮਨ ਦਾ ਚੱਲ ਹੀ ਰਿਹਾ ਹੈ ਮਤਲਬ ਇਹਨਾਂ ਗੱਲਾਂ ਨੂੰ ਲੈ ਕੇ ਚਾਹੇ ਜੱਜਾਂ ਦੀ ਅਪੁਆਇੰਟਮੈਂਟ ਆ ਚਾਹੇ ਬਾਕੀ ਦੀਆਂ ਗੱਲਾਂ ਨੇ ਪਰ ਹੁਣ ਜਿਹੜੇ ਇਹ ਮੁੱਦੇ ਨੇ ਨਾ ਤੇ ਹੀਰਿੰਗ ਤਾਂ ਇਹੀ ਕਰੂ ਕਿ ਉਹਨਾਂ ਦੇ ਤੱਥਾਂ ਨੂੰ ਦੇਖਦੇ ਹੋਏ ਕਿ ਟਿੱਪਣੀਆਂ ਹੀ ਕਰ ਸਕਦੀ ਹੈ ਸੁਪਰੀਮ ਕੋਰਟ ਜਾ ਕੋਈ ਉਹ ਤੋਂ ਵੱਡੇ ਐਕਸ਼ਨ ਵੀ ਲੈ ਜਾ ਸਕਦੇ ਨੇ ਕਿਸੇ ਡਾਇਰੈਕਟਰ ਕਿਸੇ ਬਾਕੀ ਜਾਂ ਹੋਰਾਂ ਦੇ ਖਿਲਾਫ ਕੀ ਹੋ ਸਕਦਾ ਪਰ ਹਿਅਰਿੰਗ ਹੋ ਗਈ ਇਹਦਾ ਮਤਲਬ ਇਹ ਹੋ ਗਿਆ ਸਾਫ ਇੱਕ ਹੁੰਦੀ ਹੈ ਕੱਲੀ ਪੋਲਿਟੀਕਲ ਦੂਸ਼ਰਬਾਜੀ ਤੇ ਹੁਣ ਪੋਲਿਟੀਕਲ ਦੂਸ਼ਰਬਾਜੀ ਜਸਟਿਸ ਸਿਸਟਮ ਦੇ ਵਿੱਚ ਕੋਰਟ ਦੇ ਕੋਲ ਚਲੀ ਗਈਆਂ ਨਾਲ ਤੇ ਹੁਣ ਉਹ ਕੋਰਟ ਦੇ ਵਿੱਚ ਕਾਨੂੰਨੀ ਦਾਇਰੇ ਦੇ ਵਿੱਚੋਂ ਵੀ ਪਰਖੀ ਜਾਏਗੀ ਕਿ ਸਾਡੀਆਂ ਏਜੰਸੀਆਂ ਦੀ ਭਰੋਸੇਯੋਗਤਾ ਕਿਵੇਂ ਬਣੀ ਭਰੋਸੇਯੋਗਤਾ ਕਿਉਂ ਨਹੀਂ ਹੈ ਇਹ ਸਾਰੇ ਸਵਾਲ ਕਾਨੂੰਨੀ ਪਹਿਲੂ ਦੇ ਵਿੱਚ ਵੀ ਡਿਬੇਟ ਦੇ ਵਿੱਚ ਆਉਣਗੇ ਔਰ ਡਿਬੇਟ ਦੇ ਵਿੱਚ ਆਉਣ ਤੋਂ ਬਾਅਦ ਉਹਦੀ ਜੱਜਮੈਂਟ ਦਾ ਜਾਂ ਉੱਥੇ ਦਿੱਤੇ ਜਾ ਰਹੇ ਆਰਗੂਮੈਂਟਸ ਦਾ ਉੱਥੇ ਪੇਸ਼ ਕੀਤੇ ਜਾ ਰਹੇ ਤੱਥਾਂ ਦਾ ਦੋਨੋਂ ਧਿਰਾਂ ਵੱਲੋਂ ਇਹ ਲੋਕਾਂ ਦੇ ਸਾਹਮਣੇ ਕੁਝ ਚੰਗੀਆਂ ਚੀਜ਼ਾਂ ਜ਼ਰੂਰ ਆਉਣਗੀਆਂ ਜਿਹੜੇ ਤੱਥ ਹੁਣ ਤੱਕ ਸਾਹਮਣੇ ਨਹੀਂ ਆਏ ਸ਼ਾਇਦ ਉਹ ਵੀ ਸਾਹਮਣੇ ਆ ਜਾਣਗੇ ਇਹ ਗੱਲ ਪ੍ਰਾਈਮਾ ਫੇਸੀ ਜ਼ਰੂਰ ਲੱਗ ਰਹੀ ਹੈ ਉਪਰੀ ਨਜ਼ਰੇ ਕਿ ਏਜੰਸੀਆਂ ਦਾ ਦੁਰਉਪਯੋਗ ਹੋ ਰਿਹਾ ਹੈ ਨੈਸ਼ਨਲ ਏਜੰਸੀਆਂ ਦਾ ਨੈਸ਼ਨਲ ਲੈਵਲ ਤੇ ਕੇਂਦਰ ਸਰਕਾਰ ਕਰ ਰਹੀ ਹੈ ਰਾਜਾਂ ਦੇ ਵਿੱਚ ਇਹ ਅਲੀਗੇਸ਼ਨ ਵੀ ਲੱਗ ਰਹੇ ਨੇ ਪੂਰੀ ਦੀ ਪੂਰੀ ਤਰ੍ਹਾਂ ਕਿ ਉਹ ਵਿਜੀਲੈਂਸ ਦਾ ਜਿੰਨਾ ਕੋ ਨਾਲ ਕੋ ਲੋਕਲ ਸੀਆਈਡੀ ਹੈ ਉੱਥੇ ਵੀ ਹੋ ਰਿਹਾ ਹੈ ਇਹ ਮਮਤਾ ਬੇਨਰਜੀ ਤੇ ਵੀ ਲੱਗਦਾ ਰਿਹਾ ਐਲੀਗੇਸ਼ਨ ਕਿ ਕੋਈ ਖਲਾਫ ਕਵਤਾ ਲਿਖਣ ਵਾਲਾ ਵੀ ਅੰਦਰ ਕੀਤਾ ਤੇ ਬਾਕੀ ਵੀ ਕੀਤਾ ਇਹ ਸਾਡੇ ਵੀ ਲੱਗ ਰਿਹਾ ਹੈ ਪੰਜਾਬ ਦੇ ਵਿੱਚ ਇਹ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਿਹਾ ਸਰਕਾਰਾਂ ਦੇ ਖਿਲਾਫ ਵੀ ਲੱਗ ਰਿਹਾ ਹੈ ਇਲਜ਼ਾਮ ਜਿਹੜਾ ਹੈ ਇਲਜ਼ਾਮ ਤੋਂ ਬਿਨਾਂ ਕੋਈ ਨਹੀਂ ਕਿ ਕੋਈ ਸਾਫ਼ ਸੁਥਰਾ ਜਿੱਡੀ ਕਾ ਏਜੰਸੀ ਕਿਸੇ ਦੇ ਹੱਥ ਚ ਹੈ ਉਸ ਏਜੰਸੀ ਨੂੰ ਆਪਣੇ ਪੋਲੀਟੀਕਲ ਵਿਰੋਧੀ ਦੇ ਖਿਲਾਫ ਵਰਤੋਂ ਦਾ ਜਿਹੜਾ ਸਵਾਲ ਹੈ ਸਾਡੀ ਤਾਂ ਇੰਟੈਲੀਜੈਂਸ ਦਾ ਲੈਵਲ ਤੁਸੀਂ ਦੇਖੋ ਕਿ ਉਹ ਗੈਂਗਸਟਰਾਂ ਦੀ ਜਾਣਕਾਰੀ ਰੱਖਣ ਦੀ بجائے ਪੈਸੇਵਾਰਾਂ ਦੇ ਤਰੀਕੇ ਨਾਲ ਲੈਂਡ ਆਂਡਰ ਦੀ ਪ੍ਰੋਬਲਮ ਦੀ بجائے ਉਹ ਪੋਲੀਟੀਕਲ ਜੋ ਸੂਚੀ ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਇਹ ਗੱਲ ਹੁਣ ਜੰਗ ਜाहਰ ਵਰਗੀ ਹੈ ਮਤਲਬ ਕੋਈ ਬਹੁਤ ਜ਼ਿਆਦਾ ਲੁਕੀ ਚੁਪੀ ਨਹੀਂ ਹੈ ਇਸ ਲਈ ਓਵਰ ਆਲਡ ਮਾਈਂਡ ਸੈਟ ਦਾ ਸਵਾਲ ਹੈ ਜੇ ਉਹਨਾਂ ਏਜੰਸੀਆਂ ਤੇ ਸਵਾਲ ਉੱਠੇਗਾ ਸਵਾਲ ਫਿਰ ਸਟੇਟ ਏਜੰਸੀਆਂ ਤੇ ਵੀ ਉੱਠੇਗਾ ਤੇ ਦੋਨਾਂ ਨੂੰ ਕਿਵੇਂ ਦੁਰਸਤ ਕਰਨਾ ਹੈ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਪ੍ਰਤੀ ਜਵਾਬ ਦੇ ਸਾਫ ਸੁਥਰੇ ਤਰੀਕੇ ਨਾਲ ਭਰੋਸਾ ਬਿਲਡ ਕਰਨਾ ਇਹ ਅਗਲੀਆਂ ਗੱਲਾਂ ਅਜ ਤੋਂ ਬਾਅਦ ਹੋਣਗੀਆਂ ਜਦੋਂ ਇਹ ਕੇਸ ਖੁੱਲੇਗਾ ਜਾਂ ਇਹ ਚੱਲੇਗਾ ਦੋਰੇ ਪੈਮਾਨੇ ਛੱਡਣੇ ਹੋਣਗੇ ਜੇਕਰ ਤੁਸੀਂ ਉੱਪਰਲੇਆਂ ਖਿਲਾਫ ਸ਼ਿਕਾਇਤ ਕਰ ਰਹੇ ਹੋ ਤੇ ਥੱਲੇ ਤੁਹਾਨੂੰ ਆਪਣੇ ਆਪ ਨੂੰ ਆਈਡੀਅਲ ਜੋ ਰੱਖਣਾ ਪਊਗਾ ਆਦਰਸ਼ਕ ਰੱਖਣਾ ਪਊਗਾ ਜਿਹੜਾ ਸਾਹਮਣੇ ਨਹੀਂ ਆ ਰਿਹਾ ਦੂਜੇ ਪੱਲੇ ਸੱਤਾਧਾਰੀ ਧਿਰ ਨੂੰ ਵਿਰੋਧੀਆਂ ਨੂੰ ਬਿਲਕੁਲ ਕੁਚਲ ਹੀ ਨਹੀਂ ਦੇਣਾ ਚਾਹੀਦਾ ਜਿਵੇਂ ਰਾਹੁਲ ਗਾਂਧੀ ਦੀ ਥੋੜੀ ਜੀ ਉਹਨਾਂ ਫ੍ਰੀडम ਜਿਹੜੀ ਮਿਲੀ ਸੀ ਅਦਾਲਤੀ ਨੋਕਤਾ ਨਜ਼ਰ ਤੋਂ ਦੇਖ ਲੈਣੀ ਚਾਹੀਦੀ ਸੀ ਵੈਸੇ ਰਾਹੁਲ ਗਾਂਧੀ ਦਾ ਤਾਜ਼ਾ ਬਿਆਨ ਇਹ ਕਹ ਰਿਹਾ ਕਿ ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ ਹੁਣ ਲੜਦੇ ਹਰ ਕੋਈ ਰਿਹਾ ਹਰ ਕੋਈ ਆਪਣਾ ਸੱਚਾ ਸੋਚਾ ਦੇਸ਼ ਭਗਤ ਤੇ ਵੱਡਾ ਸਭ ਤੋਂ ਆਪਣੇ ਆਪ ਨੂੰ ਕਹਾਰਿਆ ਹਤੈਸ਼ੀ ਦੇਸ਼ ਦਾ ਪਰ ਸਵਾਲ ਇਹ ਹੈ ਕਿ ਅਸੀਂ ਅਸਾਰੂ ਵੈਸਾਂ ਤੋਂ ਪਾਸਾ ਵੱਟ ਲਿਆ ਅਸਾਰੂ ਪੋਲਿਟਿਕਸ ਦੀ ਬਜਾਏ ਅਸੀਂ ਦੂਜੇ ਨੂੰ ਨੇਸ ਤੋਂ ਨਮੂਦ ਕਰਨ ਵੱਲ ਆ ਤੁਰੇ ਹੋਏ ਹਾਂ ਤੇ ਸਾਡੀ ਭਾਵੇਂ ਸਟ੍ਰੇਟ ਹੋਵੇ ਤੇ ਭਾਵੇਂ ਕੋਈ ਹੋਰ ਬਹੁਤ ਮਿਹਰਬਾਨੀ ਸ਼ੁਕਰੀਆ ਜੀ